सत श्री अकाल जी, मैं अमरिंदर कौर स्वागत कर रही हूँ थोड़ा सारियां दा खिड़ी दोपहर दे विच। वैल, थोनू पता नहीं कि आप सारे किन्ने एक्साइटेड सी अज दे इस खिड़ी दोपहर दे लई, बिकॉज अपनी अज मुलाकात एक बार फिर होने जा रही है किमी वर्मा जी दे नाल, एक बहुत ही वड्डिया और वड्डे वाले इवेंट दे लई, डेफिनेटली मिस एंड मिसिज पंजाबन USA इवेंट, जिहदे बारे आप काफ़ी दिनों तो चर्चा कर रहे हैं, गल कर रहे हैं, तैयारियां कर रहे हैं। और ये जिहड़ियां थोड़ियां तैयारियां ने कित्थों तक पहुँचियां ने, ये तो देखो तुसी मीट एंड ग्रीट ते ही दसोगे। और एक्चुअल च मीट एंड ग्रीट की है, किस तरह दियां तैयारियां जिहड़ियां ने होनियां चाहीदियां ने, और होर की थोड़े सवाल जवाब होणगे इस पेजेंट नूं लैके, इस इवेंट नूं लैके, उहदे बारे सारी गलबात तुसी जिहड़ी है किमी वर्मा जी दे नाल कर सकते हो 24 तरीक नूं डेफिनेटली। बट कुछ होर भी शंकावां होणगियां इस चीज़ नूं लैके कि मीट एंड ग्रीट दे विच एक्चुअल दे विच होएगा की कि ये किते कोई ऑडिशन तो नहीं हैगा, कि सानू तैयार हो के उत्थे कोई टेस्ट देन तो नहीं जाना पएगा। हाँ हाँ, आई नो कि बहुत सारे इफ्स एंड बट्स हुंदे ने, सो इसे करके इन सारे संशयां नूं दूर करन दे लई आपां अज किमी वर्मा जी दे नाल मुलाकात कर रहे हैं, इस सारे सवाल आपां उहनां नूं पुछांगे। तो चलो मिल के स्वागत करते हैं जी आपां किमी जी दा। सत श्री अकाल मैम, बहुत बहुत स्वागत है जी खिड़ी दोपहर च। बहुत बहुत प्यार भरी सत श्री अकाल तुहानू ते सारे दर्शकां नू जी। हाय। अच्छा अच्छा, किवें दी चल रही ने इस टाइम तैयारियां मैम अपने इवेंट दियां? ਜਿਵੇਂ ਸਾਰੇ ਇਵੈਂਟਸ ਤੋਂ ਪਹਿਲਾਂ ਹੁੰਦਾ ਨਾ ਕਿ ਸਾਰਿਆਂ ਦਾ ਪਸੀਨਾ ਨਿਕਲ ਰਿਹਾ ਹੁੰਦਾ, ਪੂਰੀ ਤਰ੍ਹਾਂ ਇਹ ਸੋਚਣਾ ਕਿ ਜੀ ਆਹ ਚੀਜ਼ ਰੈਡੀ ਹੈ ਕਿ ਨਹੀਂ, ਆਹ ਹੋਇਆ ਕਿ ਨਹੀਂ, ਆਹ ਹੋਇਆ। ਐਗਜੈਕਟਲੀ ਦੈਟ, ਅਸੀਂ ਸਾਰਿਆਂ ਨੂੰ ਮਿਲਣ ਲਈ ਬਹੁਤ ਐਕਸਾਈਟਿਡ ਹਾਂ, ਤੇ ਐਕਸਾਈਟਮੈਂਟ ਦੇ ਨਾਲ ਨਾਲ ਵੀ ਆਰ ਵੈਰੀ ਹੈਪੀ, ਖੁਸ਼ ਵੀ ਬਹੁਤ ਹੈ ਕਿ ਅਸੀਂ ਮਿਲਾਂਗੇ। ਓਕੇ, ਬਿਲਕੁਲ ਉਹਦਾ ਤਿਆਰ ਜੀ ਜੀ ਜੀ। ਅਤੇ ਦੇਖੋ ਸਾਡੀਆਂ ਪੰਜਾਬਣ ਮੁਟਿਆਰਾਂ ਜਿਹੜੀਆਂ ਨੇ ਸਾਰੀਆਂ ਤਿਆਰ ਬਰ ਤਿਆਰ ਨੇ, ਤਿਆਰੀਆਂ ਬਿਲਕੁਲ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਨੇ। ਬਟ ਐਕਚੁਅਲ 'ਚ ਇਹ ਵਿੱਚ ਇੱਕ ਹੋਰ ਜਿਹੜਾ ਟਵਿਸਟ ਆਇਆ ਨਾ ਮੀਟ ਐਂਡ ਗ੍ਰੀਟ ਦਾ, ਇਹਦੇ ਨੇ ਥੋੜ੍ਹੀ ਜਿਹੀ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ। ਇਹ ਮੀਟ ਐਂਡ ਗ੍ਰੀਟ ਕੀ ਚੀਜ਼ ਹੈ ਅਤੇ ਇਹ ਆਈਡੀਆ ਕਿਹਦਾ ਸੀਗਾ? ਇਹ ਆਈਡੀਆ ਐਕਚੁਅਲੀ ਜੱਗੀ ਜੀ ਦਾ ਤੇ ਮੇਰਾ ਸੀਗਾ ਇਕੱਠਿਆਂ ਦਾ। ਅਸੀਂ ਸੋਚਿਆ ਕਿ ਅਸੀਂ ਇੰਨਾ ਵੱਡਾ ਇਵੈਂਟ ਕਰ ਰਹੇ ਹਾਂ ਮਿਸ ਐਂਡ ਮਿਸਿਸ ਪੰਜਾਬਣ ਤੇ USA ਤੇ, ਅਸੀਂ ਲੋਕਾਂ ਨੂੰ ਮਿਲੀਏ ਵੀ ਜਾ ਕੇ, ਤੇ ਇਟਸ ਪੋਸੀਬਲ ਨੀਗਾ ਕਿ ਹਰ ਸ਼ਹਿਰ ਦੇ ਵਿੱਚ ਜਾ ਸਕੀਏ, ਪਰ ਅਸੀਂ ਚਲੋ ਸ਼ੁਰੂਆਤ ਜਿੱਥੇ ਜਸ ਪੰਜਾਬੀ ਦਾ ਸਟੂਡੀਓ ਆ ਉੱਥੇ ਕਰਦੇ ਹਾਂ। ਐਟਲੀਸਟ ਮੀਟ ਐਂਡ ਗ੍ਰੀਟ ਕਰੀਏ, ਲੋਕਾਂ ਨੂੰ ਮਿਲੀਏ, ਪੈਜਨ ਬਾਰੇ ਦੱਸੀਏ, ਉਹਨਾਂ ਤੋਂ ਸੁਣੀਏ, ਤੇ ਬਹੁਤ ਇੰਪੋਰਟੈਂਟ ਜਿਹੜੀਆਂ ਲੜਕੀਆਂ ਪਾਰਟਿਸਿਪੇਟ ਕਰਨਾ ਚਾਹੁੰਦੀਆਂ ਨੇ ਉਹ ਸਾਨੂੰ ਉੱਥੇ ਮਿਲਣ ਆ ਸਕਦੀਆਂ ਨੇ, ਤਿਆਰ ਹੋ ਕੇ। ਬਿਲਕੁਲ, ਸੋ ਉੱਥੇ ਮੈਂ ਹੋਊਂਗੀ, ਮੈਂ ਤੁਹਾਡੇ ਨਾਲ ਗੱਲਾਂ ਕਰੂੰਗੀ, ਤੋ ਐਬਸੋਲੂਟਲੀ ਪਲੀਜ਼ ਕਮ। ਓਕੇ, ਅੱਛਾ, ਇੱਕ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਨਫਿਊਜ਼ਨ ਹੈ ਕਿ ਮੀਟ ਐਂਡ ਗ੍ਰੀਟ ਕਿਤੇ ਆਡੀਸ਼ਨ ਦਾ ਰੂਪ ਤਾਂ ਨਹੀਂ ਲੈ ਲੇਗੀ, ਇਹਦੇ ਵਿੱਚ ਨਾ ਐਕਚੁਅਲੀ ਸਾਰੇ ਹੀ ਪਹਿਲੂ ਹੋਣਗੇ। ਇੱਕ ਤੇ ਪਹਿਲਾ ਤਾਂ ਇਹੀ ਹੈਗਾ ਵਾ ਕਿ ਜਿਨ੍ਹਾਂ ਨੇ ਪਾਰਟੀਸਿਪੇਟ ਕਰਨਾ ਉਹ ਸਾਰੀਆਂ ਕੁੜੀਆਂ ਸਾਨੂੰ ਮਿਲਣ ਆਉਣਗੀਆਂ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਬਿਲਕੁਲ ਇੱਕ ਤਰ੍ਹਾਂ ਆਡੀਸ਼ਨ ਹੋਏਗਾ ਐਬਸੋਲੂਟਲੀ। ਔਰ ਦੂਜਾ ਹੈਗਾ ਜਿਹੜੇ ਦੂਸਰੇ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਆਉਣਗੇ, ਜਾਂ ਫਿਰ ਅਦਰਵਾਈਜ਼ ਜੇ ਕਿਸੇ ਨੇ ਪਾਰਟੀਸਿਪੇਟ ਨਹੀਂ ਵੀ ਕਰਨਾ ਉਹ ਵੈਸੇ ਸਾਨੂੰ ਮਿਲਣ ਆ ਸਕਦੇ ਨੇ। ਐਂਡ ਜੇ ਕਿਸੇ ਨੇ ਪ੍ਰੋਗਰਾਮ 'ਚ ਇਨਵੋਲਵ ਹੋਣਾ, ਉਹਨਾਂ ਨੇ ਕਿਸੇ ਤਰ੍ਹਾਂ ਦੀ ਹੈਲਪ ਕਰਨੀ ਹੈ, ਜਾਂ ਉਹ ਚਾਹੁੰਦੇ ਆ ਕਿ ਮੈਂ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦੇ ਦਾਂ ਕਿ ਜੇ ਤੁਸੀਂ ਇਹ ਸ਼ਹਿਰ 'ਚ ਸਾਡੇ ਪੋਸਟਰ ਲਾ ਦਿਓ, ਵੀ ਉਹ ਸਾਰੇ ਆ ਸਕਦੇ ਆ। ਆਪਣੇ ਪੰਜਾਬੀ ਸਟਾਈਲ ਹਾਂਜੀ ਹੋ ਗਿਆ ਹੋਇਆ ਕੁਛ ਨੀ ਹੁੰਦਾ। ਓਕੇ, ਅੱਛਾ, ਮਤਲਬ ਇਹ ਜਿਹੜਾ ਮੈਮ ਐਕਚੁਅਲ ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਆਪਾਂ ਇੱਕ ਇਵੈਂਟ ਜਿਹੜਾ ਕਰ ਰਹੇ ਹਾਂ, ਇੱਕ ਹਿਸਾਬ ਨਾਲ ਘਰ ਦੇ ਪਰਿਵਾਰ ਦੇ ਫੰਕਸ਼ਨ ਟਾਈਪ ਸੀ ਹੋ ਗਿਆ ਕਿ ਹਾਂ ਅਸੀਂ ਜ਼ਿੰਮੇਵਾਰੀਆਂ ਵੀ ਦੇ ਰਹੇ ਹਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਹਾਂ ਤੁਸੀਂ ਆਹ ਜਿਹੜੀ ਚੀਜ਼ ਕਰਨੀ ਚਾਹੋ ਤੁਸੀਂ ਕਰ ਸਕਦੇ ਹੋ, ਪਰ ਹਾਂ ਤੁਸੀਂ ਸੱਚੀ ਮੁੱਚੀ ਕਰਨਾ, ਸੱਚੀ ਮੁੱਚੀ ਕਰਨਾ ਵਾ। ਇੱਦਾਂ ਨਹੀਂ ਕਿ ਵੀ ਜੇ ਪਕੌੜੇ ਉਹ ਬੇਸਣ ਨਹੀਂ ਸੀਗਾ ਅਸੀਂ ਤਲੇ ਨਹੀਂ, ਉਦੋਂ ਸੱਚੀ ਮੁੱਚੀ ਕਰਨਾ ਪਏਗਾ। ਓਕੇ, ਸੋ ਬਿਲਕੁਲ ਹੈ ਨਾ, ਜੇ ਤੁਹਾਡੇ ਅੰਦਰ ਹੈਗਾ ਵਾ ਕਿ ਤੁਸੀਂ ਕਿਸੇ ਤਰ੍ਹਾਂ ਸਾਡੀ ਹੈਲਪ ਕਰ ਸਕਦੇ ਹੋ, ਔਰ ਯੂ ਵਾਂਟ ਟੂ ਵਾਲੰਟੀਅਰ, ਜਦ ਤੁਸੀਂ ਸਿੱਖਣਾ ਚਾਹੁੰਦੇ ਹੋ ਕਿੱਦਾਂ ਹੁੰਦਾ ਇਵੈਂਟਸ, ਕਿੱਦਾਂ ਇਹ ਜਿਹੀ ਚੀਜ਼ਾਂ ਆਰਗੇਨਾਈਜ਼ ਕੀਤੀਆਂ ਜਾਂਦੀਆਂ, ਕਮ ਜੁਆਇਨ ਅਸ। ਬਟ ਮੋਰ ਇੰਪੋਰਟੈਂਟਲੀ, ਜਿਹੜੀਆਂ ਆਪਣੀਆਂ ਪੰਜਾਬਣਾਂ
ਜਿਨ੍ਹਾਂ ਨੂੰ ਮੈਂ ਚਾਹੁੰਦੀ ਹਾਂ ਉਹ ਪੂਰਾ ਰੈਡੀ ਹੋ ਕੇ ਆਉਣ ਗੱਲਾਂ ਮਾਰਨ ਲਈ ਐਂਡ ਓਵਰਆਲ ਮੈਂ ਜਾਣਨਾ ਚਾਹੁੰਦੀ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਹੈ ਜੀ ਐਵਰੀਥਿੰਗ ਆਈ ਵੁੱਡ ਲਵ ਟੂ ਸੀ ਦੈਟ ਓਕੇ ਅੱਛਾ ਇੱਕ ਵਾਰੀ ਮੈਂ ਵੈਸੇ ਤਾਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਪਰ ਮੈਂ ਚਾਹੁੰਦੀ ਕਿ ਇੱਕ ਵਾਰੀ ਫਿਰ ਤੁਸੀਂ ਦੱਸ ਦਿਓ ਕਿ ਕੀ ਪੰਜਾਬੀ ਆਉਣੀ ਜ਼ਰੂਰੀ ਹੈਗੀ ਹੈ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਇਹ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਪੰਜਾਬੀ ਆਉਣੀ ਜ਼ਰੂਰੀ ਨਹੀਂ ਹੈ ਪਰ ਐਟਲੀਸਟ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿਣੀ ਤੁਹਾਡੇ ਸਾਰਿਆਂ ਦਾ ਕੀ ਹਾਲ ਹੈ ਮਤਲਬ ਐਟਲੀਸਟ ਸਟਾਰਟਿੰਗ ਲਾਈਨ ਪੰਜਾਬੀ 'ਚ ਬੋਲਣੀ ਆਉਣੀ ਬਹੁਤ ਜ਼ਰੂਰੀ ਹੈ ਜੀ ਤੁਸੀਂ ਸਮਝ ਲਓ ਕੁਐਸਚਨ ਤੁਹਾਡੀ ਮਤਲਬ ਜਿੱਦਾਂ ਇੱਥੇ ਸਾਰੀਆਂ ਬੋਰਨ ਐਂਡ ਬਰਡ ਅਪ ਨੇ ਕਈਆਂ ਨੂੰ ਨਹੀਂ ਆਉਂਦੀਗੀ ਪਰ ਸਿਰਫ ਇਸ ਕਰਕੇ ਅਸੀਂ ਉਹਨਾਂ ਨੂੰ ਇੱਦਾਂ ਨਹੀਂ ਕਹਿਣਾ ਚਾਹੁੰਦੇ ਵੀ ਤੁਸੀਂ ਪਾਰਟੀਸਿਪੇਟ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਕਰ ਸਕਦੇ ਹੋ ਔਰ ਥੋੜ੍ਹੀ ਜਿਹੀ ਅਸੀਂ ਤੁਹਾਨੂੰ ਸਿਖਾ ਵੀ ਦੇਵਾਂਗੇ ਅਸੀਂ ਟ੍ਰੇਨ ਕਰ ਦਾਂਗੇ ਜੇ ਨਹੀਂ ਆਉਂਦੀ ਤਾਂ ਇਟਸ ਓਕੇ ਨਥਿੰਗ ਟੂ ਵਰੀ ਜੀ ਜੀ ਅੱਛਾ ਇਹ ਕਈ ਵਾਰੀ ਤਾਂ ਐਵੇਂ ਵੀ ਹੁੰਦਾ ਨਾ ਕਿ ਜਦੋਂ ਮਨ ਦੇ ਵਿੱਚ ਆ ਜਾਂਦਾ ਕਿ ਉਹ ਪੰਜਾਬੀ ਤਾਂ ਆਉਂਦੀ ਨਹੀਂ ਵੀ ਉਹਨਾਂ ਦਾ ਰੂਲ ਹੀ ਜਿਹੜਾ ਮੇਨ ਇਹ ਹੈਗਾ ਕਿ ਪੰਜਾਬੀ ਆਉਣੀ ਚਾਹੀਦੀ ਹੈ ਫਿਰ ਕਿਤੇ ਨਾ ਕਿਤੇ ਕੋਈ ਕਨਫਿਊਜ਼ਨ ਤਾਂ ਨਹੀਂ ਕ੍ਰੀਏਟ ਕਰ ਰਿਹਾ ਕਿ ਅਸੀਂ ਪਹਿਲਾਂ ਪੰਜਾਬੀ ਸਿੱਖ ਕੇ ਹੀ ਜਾਈਏ ਫਿਰ ਅਸੀਂ ਅਗਲੇ ਸਾਲ ਪਾਰਟਿਸਿਪੇਟ ਕਰ ਲਾਂਗੇ ਜਾਂ ਜਿਹੜੇ ਲੋਕ ਡੈਫੀਨੇਟਲੀ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਪਰ ਪੰਜਾਬੀ ਕਰਕੇ ਨਹੀਂ ਕਰ ਪਾਉਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਿਰਫ ਇਸ ਚੀਜ਼ ਕਰਕੇ ਤੁਸੀਂ ਇਹ ਡਿਸੀਜਨ ਨਾ ਲਓ ਕਿ ਪਾਰਟੀਸਿਪੇਟ ਨਾ ਕਰੀਏ ਤੁਸੀਂ ਬਿਲਕੁਲ ਪਾਰਟੀਸਿਪੇਟ ਕਰ ਸਕਦੇ ਹੋ ਔਰ ਮੇਰਾ ਪ੍ਰੋਮਿਸ ਹੈ ਕਿ ਜਿਹੜੇ ਤੁਹਾਡੀ ਸਾਡੀ ਟ੍ਰੇਨਿੰਗ ਹੋਣੀ ਹੈ ਤੁਹਾਡੀ ਸਾਡੇ ਨਾਲ ਅਸੀਂ ਤੁਹਾਨੂੰ ਉਹ ਟ੍ਰੇਨਿੰਗ ਦੇ ਵਿੱਚ ਜਿੰਨੀ ਕੁ ਤੁਹਾਨੂੰ ਪੰਜਾਬੀ ਸਟੇਜ 'ਤੇ ਚਾਹੀਦੀ ਹੋਊਗੀ ਉਹ ਮੈਂ ਪਰਸਨਲੀ ਸਿਖਾ ਦੂੰਗੀ ਡੋਂਟ ਵਰੀ ਅਬਾਊਟ ਦੈਟ ਪਰ ਬਿਲਕੁਲ ਇਹ ਸੋਚ ਰਿਹਾ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਤਾਂ ਮੈਂ ਦੱਸ ਆਵਾਂ ਨਹੀਂ ਯੂ ਆਰ ਅ ਪੰਜਾਬਣ ਸੋ ਕਮ ਓਵਰ ਕਮ ਫੋਰਵਰਡ ਜੀ ਅੱਛਾ ਇੱਕ ਇੱਕ ਹੋਰ ਇੱਕ ਇੰਟਰਸਟਿੰਗ ਜਿਹਾ ਸਵਾਲ ਮੇਰੇ ਮਨ ਦੇ ਵਿੱਚ ਆਇਆ ਕਿ ਬਹੁਤ ਸਾਰੀਆਂ ਫੋਰਨ ਲੇਡੀਜ਼ ਵੀ ਹੋਣਗੀਆਂ ਜਿਹੜੀਆਂ ਕਿ ਪੰਜਾਬੀ ਬੇਸਿਕਲੀ ਨਹੀਂ ਹੋਣਗੀਆਂ ਪਿਓਰ ਅਮੈਰੀਕਨ ਹੋਣਗੀਆਂ ਬਟ ਉਹਨਾਂ ਨੂੰ ਪੰਜਾਬੀ ਕਿਤੇ ਨਾ ਕਿਤੇ ਆਉਂਦੀ ਹੋਵੇਗੀ ਅਤੇ ਉਹ ਜੇ ਪੰਜਾਬੀ ਸੂਟ ਪਾ ਕੇ ਪੰਜਾਬੀ ਜੁੱਤੀ ਪਾ ਕੇ ਪਰਾਂਦਾ ਪਾ ਕੇ ਆਉਣ ਤਾਂ ਫਿਰ ਤੁਸੀਂ ਕੀ ਕਹੋਗੇ ਨਹੀਂ ਸਾਡੇ ਪੈਚ ਲਈ ਤੁਹਾਡੀ ਪੰਜਾਬੀ ਹੈਰੀਟੇਜ ਹੋਣੀ ਜ਼ਰੂਰੀ ਹੈ ਓਕੇ ਇੱਕ ਸੀ ਇਨ ਦਾ ਐਂਡ ਹੈ ਨਾ ਜਾਂ ਤਾਂ ਤੁਹਾਡੀ ਕੋਈ ਹੈਰੀਟੇਜ ਹੋਵੇ ਕੋਈ ਤੁਹਾਡੀ ਫੈਮਿਲੀ 'ਚ ਪੰਜਾਬੀ ਹੋਵੇ ਜਾਂ ਫਿਰ ਤੁਹਾਡੀ ਮੈਰਿਜ ਪੰਜਾਬੀ ਫੈਮਿਲੀ 'ਚ ਹੋਈ ਹੋਵੇ ਪਰ ਇੱਦਾਂ ਸਿਰਫ ਮਤਲਬ ਗੋਰੀਆਂ ਵਧੀਆ ਲੱਗਦੀਆਂ ਪਰ ਨਹੀਂ ਨਹੀਂ ਵੀ ਵਿਲ ਨੋਟ ਲੈਟ ਹਰ ਕਮ ਐਂਡ ਜੁਆਇਨ ਇੱਦਾਂ ਦੀ ਆਪਣੀਆਂ ਪੰਜਾਬਣਾਂ ਹੀ ਹੋਣਗੀਆਂ ਓਕੇ ਜੀ ਮੈਮ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਆ ਉਹ ਇਹ ਸੁਣਨ 'ਚ ਆ ਰਿਹਾ ਕਿ ਲੋਕਾਂ ਨੂੰ ਥੋੜ੍ਹਾ ਕੰਪਲੀਕੇਟਡ ਲੱਗ ਰਿਹਾ ਬਿਕੋਜ਼ ਫੋਨ 'ਤੇ ਵੀਡੀਓ ਬਣਾ ਕੇ ਭੇਜਣਾ ਉਹਨਾਂ ਨੂੰ ਐਂ ਲੱਗ ਰਿਹਾ ਕਿ ਕੁਛ ਜਿਵੇਂ ਆਪਾਂ ਮਿਸਿਸ ਪੰਜਾਬਣ ਦੀ ਗੱਲ ਕਰਦੇ ਹਾਂ ਕੁਛ ਲੇਡੀਜ਼ ਜਿਹੜੀਆਂ ਕਿ ਆਪਣੀਆਂ 45 ਅਪਰ ਏਜ ਤੋਂ ਵੀ ਹੈਗੀਆਂ ਨੇ ਉਹਨਾਂ ਲਈ ਇਹ ਥੋੜ੍ਹਾ ਜਿਹਾ ਡਿਫਿਕਲਟ ਹੈ ਕਿ ਇਹਦਾ ਕੋਈ ਹੋਰ ਵੀ ਪ੍ਰੋਸੈਸ ਹੈ ਇੱਕ ਪ੍ਰੋਸੈਸ ਹੈਗਾ ਬਿਲਕੁਲ ਕਿ ਉਹ ਸਾਡੇ ਨਾਲ ਫੋਨ 'ਤੇ ਗੱਲ ਕਰਨ ਅਤੇ ਅਸੀਂ ਉਹਨਾਂ ਦੀ ਹੈਲਪ ਕਰ ਦਾਂਗੇ ਕਿ ਆਪਾਂ ਕੀ ਕਰੀਏ ਕਿੱਦਾਂ ਕਰੀਏ ਔਰ ਵੀਡੀਓ ਬਣਾ ਕੇ ਭੇਜਣਾ ਵੀ ਜ਼ਰੂਰੀ ਨਹੀਂ ਹੈ ਸਿਰਫ ਮੇਰੀ ਫੋਨ 'ਤੇ ਗੱਲ ਹੋਣੀ ਜ਼ਰੂਰੀ ਹੈ ਅਸੀਂ ਚਾਹੁੰਦੇ ਹਾਂ ਅਸੀਂ ਉਹਨਾਂ ਨਾਲ ਫੋਨ 'ਤੇ ਗੱਲ ਕਰੀਏ ਤਾਂ ਕਿ ਸਾਨੂੰ ਟਰੂਲੀ ਪਤਾ ਲੱਗੇ ਕਿ ਇਹ ਪਾਰਟੀਸੀਪੈਂਟ ਹੈ ਅਦਰਵਾਈਜ਼ ਨੂੰ ਲਾਈਕ ਲਿਖ ਕੇ ਤਾਂ ਕੋਈ ਵੀ ਕੁਛ ਵੀ ਭੇਜ ਦੇਗਾ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ ਕੋਈ ਵੀ ਕਿਸੇ ਦਾ ਵੀ ਫੇਸਬੁੱਕ ਕ੍ਰੀਏਟ ਕਰ ਸਕਦਾ ਕੁਛ ਵੀ ਕਰ ਸਕਦਾ ਸੋ ਵੀ ਵਾਂਟ ਟੂ ਸੀ ਦ ਪਾਰਟੀਸੀਪੈਂਟ ਔਨ ਦਾ ਫੋਨ ਜੀ ਦੈਟ ਔਨ ਵੀਡੀਓ ਕਾਲ ਯਾ ਔਨ ਅ ਵੀਡੀਓ ਕਾਲ ਓਕੇ ਚਲੋ ਮੈਮ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਆਪਾਂ ਫਿਰ ਬ੍ਰੇਕ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਠੀਕ ਹੈ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਬਟ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵੈਲਕਮ ਬੈਕ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਕਿੜੀ ਦੁਪਹਿਰ 'ਚ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਮਿਸ ਐਂਡ ਮਿਸਿਸ ਪੰਜਾਬਨ US ਇਵੈਂਟ ਜਿਹੜਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਬਰ ਤਿਆਰ ਹੈ ਤੁਹਾਡੇ ਸਾਰਿਆਂ ਦੇ ਸਨਮੁੱਖ ਹਾਜ਼ਰ ਹੋਣ ਦੇ ਲਈ ਐਂਡ ਤੁਹਾਡੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਇਹ ਤਾਂ ਹੁਣ ਮੀਟ ਐਂਡ ਗ੍ਰੀਟ 'ਚ ਪਤਾ ਲੱਗੇਗਾ ਉਹ ਵੀ 24 ਤਰੀਕ ਨੂੰ ਹੈ ਨਾ ਚਲੋ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਕਿਵੇਂ ਜੀ ਦਾ ਆਪਾਂ ਹਾਂਜੀ ਮੈਮ ਵੈਲਕਮ ਬੈਕ ਬ੍ਰੇਕ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲੋ ਜੀ ਥੈਂਕ ਯੂ ਓਕੇ ਮੀਟ ਐਂਡ ਗ੍ਰੀਟ ਕਿਹੜੀ ਤਰੀਕ ਨੂੰ ਕਦੋਂ ਕਿੱਥੇ ਹੋ ਰਿਹਾ ਹੈ ਇਹ ਜ਼ਰੂਰ ਇੱਕ ਵਾਰੀ ਫਿਰ ਤੁਹਾਡੇ ਕੋਲੋਂ ਆਪਾਂ ਸੁਣਨਾ ਚਾਹਾਂਗੇ ਇਹ ਅਸੀਂ ਕਰ ਰਹੇ ਹਾਂ 24 ਜੁਲਾਈ ਨੂੰ ਲੈਸਟ੍ਰੋਪ ਵਿੱਚ ਜਿੱਥੇ ਕਿ ਜਸਟ ਪੰਜਾਬੀ ਦਾ ਕੈਲੀਫੋਰਨੀਆ ਸਟੂਡੀਓ ਹੈਗਾ ਆਮ ਸ਼ੋਰ ਉਹਨਾਂ ਨੇ ਐਡਰੈਸ ਥੱਲੇ ਪਾ ਰਹੇ ਹੋਣਗੇ ਜੀ ਜੀ ਬਿਲਕੁਲ ਔਰ ਉਹ 12 ਵਜੇ ਤੋਂ 5 ਵਜੇ ਤੱਕ ਹੈ ਤੁਸੀਂ ਕਿਸੇ ਵੀ ਵੇਲੇ ਆ ਸਕਦੇ ਹੋ ਔਰ ਕਿਉਂਕਿ ਮੈਂ ਉਸ ਸ਼ਹਿਰ 'ਚ ਅੱਜ ਤੱਕ ਕਦੇ ਨਹੀਂ ਗਈ ਤਾਂ ਮੈਂ ਪਹਿਲੀ ਵਾਰੀ ਜਾਊਂਗੀ ਉੱਥੇ ਮੈਂ ਬਿਲਕੁਲ ਸਭ ਦੁਨੀਆ ਘੁੰਮੀ ਹੋਈ ਹੈ ਪਰ ਮੈਂ ਉੱਥੇ ਦੀ ਗਈ ਹੋਈ ਹੈ ਐਬਸੋਲੂਟਲੀ ਜੀ 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 ਅੱਛਾ ਮਤਲਬ ਤੁਸੀਂ ਜਸਟ ਸਟੂਡੀਓ ਵੀ ਪਹਿਲੀ ਵਾਰ ਜਾ ਰਹੇ ਹੋ ਫਿਰ
हाँ जी हाँ जी ओ क्या बात है, मतलब बहुत सारे लोगों ने पहली बार थोड़े नाल जस पंजाबी का जो स्टूडियो देखना पॉसिबली बिल्कुल ओके ओके अच्छा मैम, एक होर साडे माइंड दे विच एक हुंदा है कि किमी वर्मा हाँ फिल्मां च देखदे हुंदे सिगे, अच्छा इवेंट करवा रहे ने मिस एंड मिसेस पंजाबन यूएसए, पता नहीं वो सानू मिलनगे कि नहीं, असी जाइए जे वो सानू ना मिलन उत्थे तां बड़े सारे लोग आए होणगे, कि एवें भी हो सकदा है कि कोई आवे और इन्हें रश दे विच तुहानू मिल ना पावे? ये भी कदी भी नहीं हो सकता। मैं उत्थे सिर्फ लोका ली जा रही है, सिर्फ थोड़े सारे ली जा रही हूँ, जी तो बिल्कुल मैं उत्थे होंगी। जे तुसी उत्थे आए आपा पक्का मिलांगे, ओ प्रॉमिस है मेरे चलो, पक्का। एक प्रॉमिस जेड़ा है जस पंजाबी दे हर एक व्यूअर दे नाल है, कल्ले कल्ले जाने दे नाल है ना, ए दी बिल्कुल गारंटी मैं ले लवा फिर ले लो जी, जिन्ने जाने पहुंचेगी मैं पक्का मिलूंगी सारे ने। ओके चलो एक मुलाकात फिर थोड़े नाल, मीट एंड ग्रीट तो बाद आपा फिर करांगे खिड़ी दोपहर च, ठीक है जी जी बिल्कुल अच्छा मिस एंड मिसेस पंजाबन यूएसए है ना, दो डिफरेंट डिफरेंट चीज़ा ने, इन्हों दोवों के लिए क्राइटीरिया डिफरेंट डिफरेंट ही होएगा डेफिनेटली, ते एज जड़ी हैगी एक बार फिर मैं थोड़े को सुनना चाहूँगी बिकॉज व्यूअर्स के पॉइंट ऑफ व्यू तो ये बहुत ज़्यादा जरूरी है। जेड़ा मिस पंजाबन यूएसए टाइटल हैगा अपना, ओदा एज क्राइटेरिया हैगा 18 ईयर्स, 18 साल तो, जी 35 ईयर, 35 साल तक। एंड जो मिसेस पंजाबन यूएसए का एज क्राइटेरिया हैगा वो हैगा वह 21 साल तो, 21 ईयर्स टू 64 ईयर्स, मतलब 21 तो 64 एनी टाइम। शी ऑफ कोर्स उन्हें दे फर्क ये कि जो मिस पंजाबन होंगे उन्हें दा कदे भी विवाह नहीं होया होना चाहिए, शी शुड बी अनमैरिड। जी लाइक ते जो मिसेस पंजाबन ने ओ दैट्स पॉसिबल कि वो मैरिड हो, या ए भी इट्स ओके जो उन्हें डिवोर्स हो चुका है, या फिर वो विडो ने बाय चांस है ना, एनीथिंग हैपेंस, द रिलेटेड ने हस्बैंड नाल नहीं गए, बट दैट डज नॉट मीन कि वो मिसेज पार्टिसिपेट नहीं कर सकते। वो बिल्कुल कर सकते ने, असी लिमिट नहीं करना चाहते कि तुसी हस्बैंड दे नाल ही होने चाहिए। इट्स जी फाइन इफ यू नॉट, इट्स ओके। जी मैम, एक ना तुसी ट्रेनिंग दी गल कीती सी, मैं जानना चाहूंगी कि ये जिहड़ी ट्रेनिंग हैगी आ ये ऑडिशन क्लियर होने तो बाद सिर्फ जिहड़े सिलेक्ट होंगे पार्टिसिपेंट्स उन्हां दी ही होएगी या जिन्ने भी लोग ऑडिशन करनगे ये ट्रेनिंग सब दे लई रखी जाएगी? एक्चुअली ये ट्रेनिंग्स जिहड़ियां साडियां काफ़ी चीज़ां ते वर्कशॉप्स ने, अलग अलग तरह की ट्रेनिंग हैगी है, ये सिर्फ उन्हां दी होएगी नैचुरली जिहड़े कि रजिस्टर्ड हो जाणगे ते जिहड़े फाइनल पैजेंट दे विच साडे नाल होणगे। जी ये और तो एब्सोल्युटली है ना, जिहड़े ऑडिशन नहीं आउणगे जदों रजिस्टर कर लैणगे ते उस तों बाद बिल्कुल ट्रेनिंग होएगी। जी अच्छा, इस ट्रेनिंग दे विच केड़े केड़े जेड़े आ तैयारियां आ उहनां दा ध्यान रखा जाएगा खास तौर ते इस पेजन नूं ध्यान विच रख के? एक बहुत इंपॉर्टेंट हैगा वा कि स्टेज ते चलना, लाइक तुरंत दी प्रैक्टिस, और किद्दां तुसी अपना चेहरा बहुत सोहना लगा सकते हो ऑल द टाइम, किद्दां अपने चेहरे दा एक्सप्रेशन तुसी डाउन नहीं होने देना, जी किद्दां यू विल बी ट्रेन्ड कि आपां जदों आंसर करना क्वेश्चन तां उहनूं ग्रेसफुली किद्दां करिए, और ओवरऑल थोड़ी ग्रेस ऑन स्टेज, ते बाकी तां बड़ी सारी टिप्स, यू नो, मेकअप, हेयर, जी स्किन केयर, फिटनेस, डाइट, सारे सोचते हैं ना भी एक्ट्रेसेस हाँ तो भार क्यों नहीं वादा, साडा हाँ सारा घर बन जाता, तो जी सारी चीजें दसिया जाएगी ट्रेनिंग में। एब्सोल्युटली मतलब ये हुन राज खोल जाएगा कि किमी वर्मा जी आज भी इन्हें पतले क्यों बाकी ये शेयर करेंगे, बिल्कुल बिल्कुल। ने चलो ए मेरे ख्याल दे विच ए कहे जे इंटरेस्टिंग सवाल होएगा जिदा जवाब हर एक लेडी नु चाहिदा जी अच्छा मैम, जिहड़ा अपना फाइनल इवेंट होएगा एदी ली जिहड़ी तैयारियां तुसी गल कर रहे हो, एक ट्रेनिंग जिहड़ी रखी जाएगी वो किन्ने दिन पहला होएगी ट्रेनिंग और वो किन्ने दिन दी ट्रेनिंग होएगी? वो एक्चुअली असी 4 हफ्ते पहला स्टार्ट करेंगे हाँ और सिर्फ सैटरडे नु होया करेगी, जी ओनली ऑन सैटरडे, बिकॉज सारे बिजी ने है ना, हाँ जॉब्स हाँ ने, पढ़ाइयां ने, इट्स नॉट पॉसिबल टू टेक अ टाइम, ते वो सिर्फ 4 सैटरडेज होएगी, 4 या 5 सैटरडेज। और जेडे पार्टिसिपेंट साडे कोले कैलिफोर्निया विच आके ट्रेनिंग नहीं लै सकते, फॉर एग्जाम्पल निवाड़ा च ने या किसी होर स्टेट्स ने जां सैन होजे या दूर ने, तां उहनां दी ट्रेनिंग असीं जूम ते करांगे। तो जरूरी नहीं है कि तुसी हर वीकेंड साडे कोले आओ या ट्रेनिंग ले, असी थोनू ट्रेन कर सकते हैं, असी जिम्मेदारी लेने से थोड़ी ट्रेनिंग करांगे,
ਅਸੀਂ ਜ਼ੂਮ ਤੇ ਕਰ ਦਾਂਗੇ, ਇਟਸ ਓਕੇ। ਜੀ ਅੱਛਾ, ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਜਿਹੜੀ ਸਭ ਦਾ ਧਿਆਨ ਖਿੱਚਦੀ ਹੈ ਜਦੋਂ ਵੀ ਤੁਹਾਨੂੰ ਦੇਖੋ, ਇਵਨ ਮੈਂ ਤੁਹਾਡੇ ਨਾਲ ਜਦੋਂ ਸ਼ੋਅ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਹੀ ਗੱਲ ਕਰਕੇ ਹਟੀ ਹਾਂ ਕਿ ਮੇਰਾ ਜਿਹੜਾ ਸਾਰਾ ਧਿਆਨ ਆ ਤੁਹਾਡੇ ਵਾਲਾਂ 'ਤੇ ਰਿਹਾ, ਡਾਇਟ ਦੇ ਨਾਲ ਨਾਲ ਸਾਰੇ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹੁੰਗੇ ਕਿ ਇਹਨਾਂ ਵਾਲਾਂ 'ਤੇ ਜਿਨ੍ਹਾਂ 'ਤੇ ਇਵਨ ਤੁਹਾਨੂੰ ਅਵਾਰਡਸ ਵੀ ਮਿਲੇ ਹੋਏ ਨੇ, ਇਹਨਾਂ ਦੀ ਖੂਬਸੂਰਤੀ ਦਾ ਰਾਜ਼ ਕੀ ਹੈ? ਬਿਲਕੁਲ, ਉਹਦੇ ਬਾਰੇ ਵੀ ਇਕੱਲਾ ਕਰਾਂਗੇ ਟ੍ਰੇਡਿੰਗ ਦੇ ਵਿੱਚ, ਸਾਰੇ ਟਿਪਸ ਦਿੱਤੇ ਜਾਣਗੇ। ਬਿਲਕੁਲ, ਜੋ ਮਤਲਬ ਇੱਕ ਤਾਂ ਹੈਗਾ, ਯੂ ਨੋ ਆਫ ਕੋਰਸ ਫੋਰਚੂਨੇਟ ਕਿ ਜੀਨਸ ਅੱਛੇ ਨੇ, ਮੇਰੇ ਮੰਮੀ ਦੇ ਵਾਲ ਬਹੁਤ ਸੋਹਣੇ ਹੁੰਦੇ ਸੀ, ਬਟ ਕੇਅਰ ਕਰਨੀ ਹਰ ਚੀਜ਼ ਦੀ ਜ਼ਿੰਦਗੀ ਦੇ ਵਿੱਚ, ਕੇਅਰ ਕਰਨੀ ਬਹੁਤ ਜ਼ਰੂਰੀ ਹੈ, ਹਰ ਚੀਜ਼ ਦੀ, ਹਰ ਰਿਸ਼ਤੇ ਦੀ, ਵੈਰੀ ਇੰਪੋਰਟੈਂਟ। ਸੋ ਇਹ ਐਕਚੁਅਲੀ ਉਹਦੇ ਬਾਰੇ ਗੱਲ ਕਰਾਂਗੇ। ਇਹ ਬਹੁਤ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਕੀਤੀ ਹੈ ਮੈਮ, ਕਿ ਲੇਡੀਜ਼ ਜਿਹੜੀਆਂ ਨੇ ਸਭ ਤੋਂ ਵੱਧ ਇਗਨੋਰੈਂਟ ਜਿਹੜੀਆਂ ਆਪਣੀਆਂ ਹਾਊਸ ਵਾਈਫਸ ਹੁੰਦੀਆਂ ਨੇ, ਸਾਡੀਆਂ ਮਦਰਸ ਜਿਹੜੀਆਂ ਨੇ ਈਵਨ, ਉਹ ਸਭ ਤੋਂ ਵੱਧ ਇਗਨੋਰੈਂਟ ਜੇ ਕਿਸੇ ਚੀਜ਼ ਲਈ ਹੁੰਦੀਆਂ ਤਾਂ ਆਪਣੀ ਕੇਅਰ ਦੇ ਲਈ ਹੁੰਦੀਆਂ। ਔਰ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਹੀ ਪੋਜ਼ਿਟਿਵ ਪੱਖ ਹੋਏਗਾ ਇਸ ਇਵੈਂਟ ਦੇ ਵਿੱਚ ਪਾਰਟਿਸਪੇਟ ਕਰਨ ਵਾਲੀਆਂ ਲੇਡੀਜ਼ ਦੇ ਲਈ, ਕਿ ਆਪਣੀ ਕੇਅਰ 'ਤੇ ਖਾਸ ਤੌਰ 'ਤੇ ਤਵੱਜੋ ਦਿੱਤੀ ਜਾਏਗੀ। ਤੁਹਾਡੀ ਗੱਲ ਬਿਲਕੁਲ ਬਿਲਕੁਲ ਸਹੀ ਹੈ ਕਿ ਦਿੱਤੀ ਜਾਣੀ ਚਾਹੀਦੀ ਹੈ ਪੂਰਾ ਧਿਆਨ ਤੁਹਾਡਾ, ਆਪਣੀ ਸਿਹਤ ਦਾ ਧਿਆਨ ਬਹੁਤ ਜ਼ਰੂਰੀ ਹੁੰਦਾ। ਆਪਾਂ ਦੇਖਦੇ ਹਾਂ ਕਿੰਨੀਆਂ ਬਿਮਾਰੀਆਂ ਹੋਈਆਂ ਹੁੰਦੀਆਂ ਨੇ, ਕਿੰਨਾ ਲਾਈਕ ਜਸਟ ਬਿਕੋਜ਼ ਦੇ ਡੋਂਟ ਟੇਕ ਕੇਅਰ ਆਫ ਦਮਸੈਲਵਸ। ਮੈਂ ਇਹ ਸੋਚਦੀ ਹਾਂ ਪਰਮਾਤਮਾ ਨੇ ਨਾ ਸਾਨੂੰ ਇੱਕੋ ਸਰੀਰ ਦਿੱਤਾ ਵਾ, ਆਪਾਂ ਜਦ ਤੱਕ ਮਰਦੇ ਨੀ ਇਸੇ 'ਚ ਹੀ ਰਹਿਣਾ ਵਾ, ਇਹ ਆਪਾਂ ਐਡਰੈਸ ਚੇਂਜ ਨਹੀਂ ਕਰ ਸਕਦੇ, ਇਹੀ ਐਡਰੈਸ ਰਹਿਣਾ ਵਾ, ਸੋ ਟੇਕ ਕੇਅਰ ਆਫ ਇਟ, ਵਾਈ ਡੋਂਟ। ਜੀ ਬਿਲਕੁਲ, ਆਪਾਂ ਕੱਪੜੇ ਬਦਲ ਸਕਦੇ ਹਾਂ, ਆਪਾਂ ਆਪਣਾ ਆਪਣਾ ਜਿਹੜਾ ਲੁੱਕ ਆ ਉਹਨੂੰ ਬਦਲ ਸਕਦੇ ਹਾਂ, ਐਕਸਪੈਰੀਮੈਂਟ ਕਰ ਸਕਦੇ ਹਾਂ, ਬਟ ਅਸਲ ਬਾਣਾ ਜਿਹੜਾ ਹੈ ਉਹ ਸਾਡੇ ਸਰੀਰ ਦਾ, ਉਹ ਸਾਡੇ ਨਾਲ ਐਂਡ ਤੱਕ ਰਹਿਣਾ ਆ। ਅੱਛਾ ਮੈਮ, ਮੀਟ ਐਂਡ ਗ੍ਰੀਟ ਦੇ ਵਿੱਚ ਕੋਈ ਖਾਸ ਇਹੋ ਜਿਹੀ ਗੱਲ ਜਿਹੜੇ ਲੋਕਾਂ ਨੇ ਉੱਥੇ ਤੁਹਾਡੇ ਨਾਲ ਮਿਲਣ ਆਉਣਾ, ਜਿਸ ਦਾ ਉਹਨਾਂ ਨੂੰ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇ, ਉਹ ਜੇਕਰ ਕੋਈ ਹੈ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜੇ ਤੁਸੀਂ ਪਾਰਟੀਸੀਪੇਟ ਕਰਨਾ ਚਾਹੁੰਦੇ ਹੋ ਤਾਂ ਮੈਂ ਚਾਹੂੰਗੀ ਕਿ ਤੁਸੀਂ ਪੰਜਾਬੀ ਪਹਿਰਾਵੇ 'ਚ ਆਓ, ਅਤੇ ਬਾਕੀ ਲੋਕ ਜਿੱਦਾਂ ਮਰਜ਼ੀ ਹੈ ਨਾ, ਦੇ ਕੈਨ ਵੇਅਰ ਵਟ ਐਵਰ, ਬਟ ਨੈਚੁਰਲੀ ਥੋੜ੍ਹਾ ਕਲਚਰ ਦਾ ਧਿਆਨ, ਆਪਾਂ ਨਹੀਂ ਚਾਹੁੰਦੇ ਕਿ ਲੋਕ ਸ਼ਾਰਟਸ ਪਾ ਕੇ ਆਈ ਜਾਣ ਜਾਂ ਕੁੜੀਆਂ ਸ਼ਾਰਟਸ ਪਾ ਕੇ ਆਈ ਜਾਣ, ਅਤੇ ਕਹਿੰਦੇ ਦੋਜ਼ ਆਰ ਦਾ ਥਿੰਗਸ ਆਮ ਨੋਟ ਕੰਫਰਟੇਬਲ ਵਿਦ ਐਟ ਦਿਸ ਪੁਆਇੰਟ, ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਆਪਾਂ ਇਵੈਂਟ ਆਪਣਾ ਹੋ ਰਿਹਾ ਕਿ ਮਿਸ ਐਂਡ ਮਿਸਿਸ ਪੰਜਾਬ ਬਣੀ ਵਾਸਤੇ ਸਾਡਾ ਵਿਰਸਾ ਸਾਡੀ ਸ਼ਾਨ, ਤਾਂ ਅਸੀਂ ਬਿਲਕੁਲ, ਮੈਂ ਮੇਰੇ ਖਿਆਲ ਚਾਹੂੰਗੀ, ਬੇਨਤੀ ਕਰੂੰਗੀ ਲੋਕਾਂ ਨੂੰ ਕਿ ਨਿਕਰਾਂ ਪਾ ਕੇ ਨਾ ਆਇਓ, ਜਸਟ ਮੇਕ ਸ਼ੋਰ ਯੂ ਆਰ ਗ੍ਰੇਸਫੁਲੀ ਡ੍ਰੈਸਡ। ਜੀ ਅੱਛਾ, ਇੱਕ ਤੁਸੀਂ ਗੱਲ ਕਰ ਰਹੇ ਹੋ ਕਿ ਕੋਈ ਜੇਕਰ ਨਾਲ ਵੀ ਆ ਰਿਹਾ ਤੇ ਉਹਨਾਂ ਦੇ ਲਈ ਵੀ ਇਹ ਜਿਹੜੇ ਪ੍ਰੋਟੋਕਾਲਸ ਹੈਗੇ ਨੇ, ਬਟ ਕਿੰਨੇ ਜਾਣੇ ਇੱਕ ਪਾਰਟਿਸਪੈਂਟ ਦੇ ਨਾਲ ਕਿੰਨੇ ਕੁ ਜਾਣੇ ਆ ਸਕਦੇ ਨੇ? ਉਹਦੇ ਵਿੱਚ ਕਿਹੜੇ ਕਿਹੜੇ ਰਾਊਂਡਸ ਹੋਣਗੇ, ਠੀਕ ਹੈ, ਜਿਨ੍ਹਾਂ ਦੀ ਖਾਸ ਤੌਰ ਤੇ ਸਾਨੂੰ ਤਿਆਰੀ ਦੀ ਸਭ ਤੋਂ ਵੱਧ ਲੋੜ ਹੋਏਗੀ? ਨੋ ਡਾਊਟ ਕਿ ਤੁਸੀਂ ਜਿਹੜੀ ਟ੍ਰੇਨਿੰਗ ਆ ਉਹ 4 ਹਫ਼ਤੇ ਦੀ ਦੇ ਰਹੇ ਹੋ, ਬਟ ਉਸ ਤੋਂ ਇਲਾਵਾ ਪਾਰਟਿਸਪੈਂਟਸ ਦੇ ਲਈ ਹੋਰ ਕੀ ਇੰਸਟਰਕਸ਼ਨਸ ਨੇ ਕਿ ਸਾਡੇ ਲਈ? ਨੋ ਡਾਊਟ ਪ੍ਰੈਜੈਂਟੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਪੰਜਾਬੀ ਜ਼ਰੂਰੀ ਹੈ, ਸਾਡਾ ਪਹਿਰਾਵਾ ਜ਼ਰੂਰੀ ਹੈ, ਇਸ ਤੋਂ ਇਲਾਵਾ? ਇੱਕ ਤਾਂ ਤੁਹਾਡਾ ਪਹਿਲਾ ਕੁਐਸਚਨ ਜਿਹੜਾ ਸੀ ਕੀ ਰਾਊਂਡਸ ਹੋਣਗੇ, ਸਾਡੇ 3 ਰਾਊਂਡ ਹੋਣਗੇ ਸ਼ੋਅ ਦੇ ਵਿੱਚ, ਜਿਹੜਾ ਕਿ ਪਹਿਲਾ ਆਪਣਾ ਹੈਗਾ ਟ੍ਰੈਡੀਸ਼ਨਲ ਰਾਊਂਡ, ਪੰਜਾਬੀ ਹੈਰੀਟੇਜ ਰਾਊਂਡ, ਅਤੇ ਉਸ ਤੋਂ ਬਾਅਦ ਸਾਡਾ ਓਪਨਿੰਗ ਡਾਂਸ ਨੰਬਰ ਹੋਗਾ, ਜਿਹੜੇ ਸਾਰੀਆਂ ਲੜਕੀਆਂ ਸਾਰੇ ਪਾਰਟੀਸਪੈਂਟਸ ਇਕੱਠੀਆਂ ਡਾਂਸ ਕਰਨਗੀਆਂ ਇੱਕੋ ਜਿਹੇ ਡਰੈਸਸ ਪਾ ਕੇ, ਐਂਡ ਫਿਰ ਥਰਡ ਸਾਡਾ ਹੋਏਗਾ ਕੁਐਸਚਨ ਆਂਸਰ ਰਾਊਂਡ, ਈਵਨਿੰਗ ਰਾਊਂਡ ਕੁਐਸਚਨ ਆਂਸਰ ਰਾਊਂਡ, ਉਹਦੇ ਵਿੱਚ ਉਹਨਾਂ ਦਾ ਜੋ ਮਨ ਕਰਦਾ ਪਾ ਸਕਦੀਆਂ ਨੇ, ਤਾਂ ਉਹੀ ਫਸਟ ਵਾਲਾ ਪੰਜਾਬੀ ਹੈਰੀਟੇਜ ਦਿਖਾਉਣ, ਪੰਜਾਬੀ ਪਹਿਰਾਵਾ ਦਿਖਾਉਣ, ਤੇ ਜਿਹੜਾ ਥਰਡ ਹੋਏਗਾ ਉਹ ਚਾਹ ਦੀ ਪਰਸਨੈਲਿਟੀ ਦਿਖਾਉਣ, ਜੋ ਉਹਨਾਂ ਦਾ ਮਨ ਕਰਦਾ, ਜੋ ਉਹ ਸ਼ੋਅ ਕਰਨਾ ਚਾਹੁੰਦੀਆਂ ਨੇ। ਤੇ ਦੂਜਾ ਤੁਸੀਂ ਕੀ ਪੁੱਛਿਆ ਸੀਗਾ? ਇਹ 3-4 ਚੀਜ਼ਾਂ ਤਾਂ ਹੈਗੀਆਂ ਨੇ ਨਾ ਆਪਣੇ ਲਈ, ਸਾਡੇ ਲਈ ਸਾਡੀ ਜਿਹੜੀ ਭਾਸ਼ਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ, ਸਾਡਾ ਪਹਿਰਾਵਾ ਬਹੁਤ ਜ਼ਿਆਦਾ ਜ਼ਰੂਰੀ ਹੈ, ਇਸ ਤੋਂ ਇਲਾਵਾ ਹੋਰ ਕੀ ਜ਼ਰੂਰੀ ਹੈ? ਔਰ ਕੌਨਫੀਡੈਂਸ, ਸਮਾਇਲ, ਤੁਹਾਡਾ ਸਟ੍ਰੈਸਫੁਲ ਨਾ ਹੋਣਾ ਬਹੁਤ ਜ਼ਰੂਰੀ ਹੈ, ਸਟ੍ਰੈਸ ਤੋਂ ਦੂਰ ਰਹਿਣਾ, ਔਰ ਜਸਟ ਬਹੁਤ ਗ੍ਰੇਸਫੁਲੀ, ਯੂ ਨੋ, ਇਹ ਸੋਚਣਾ ਕਿ ਇਹ ਜ਼ਿੰਦਗੀ ਦਾ ਚਾਂਸ ਮਿਲਦਾ ਜਦੋਂ ਤੁਸੀਂ ਸਟੇਜ 'ਤੇ ਸਾਰੇ ਲੋਕਾਂ ਦੇ ਮੂਹਰੇ ਜਾਂਦੇ ਹੋ, ਔਰ ਸਾਰੇ ਲੋਕਾਂ ਦੀਆਂ ਅੱਖਾਂ ਸਿਰਫ ਤੁਹਾਡੇ 'ਤੇ ਹੁੰਦੀਆਂ ਨੇ, ਤਾਂ ਯੂ ਆਰ ਕੇਅਰਿੰਗ ਦਾ ਹੋਲ ਯੂਨੀਵਰਸ ਵਿਦ ਯੂ, ਤੁਹਾਡੇ ਨਾਲ ਦੁਨੀਆ ਹੈ ਤਾਂ ਤੁਹਾਡੇ ਪਰਮਾਤਮਾ ਵੀ ਹੈ, ਰਿਮੈਂਬਰ ਦੈਟ, ਯੂ ਫੀਲ ਸੋ ਮਚ ਬੈਟਰ, ਇਟਸ ਜਸਟ, ਯੂ ਨੋ, ਆਪਣੀ ਸਮਾਈਲ ਨਾਲ, ਆਪਣੀਆਂ ਗੱਲਾਂ ਨਾਲ, ਆਪਣੀ ਗ੍ਰੇਸ ਨਾਲ, ਔਰ ਇਹੀ ਹੈਗਾ
ਪੰਜਾਬੀ ਗ੍ਰੇਸ ਉਹ ਅਸੀਂ ਸ਼ੋਅ ਕਰਨਾ ਚਾਹੁੰਦੇ ਹਾਂ ਦੁਨੀਆ ਨੂੰ। ਜੀ। ਅੱਛਾ ਮੈਮ, ਜਿਹੜੇ ਆਪਾਂ ਫਾਈਨਲ ਪਾਰਟਿਸਪੈਂਟਸ ਆਪਾਂ ਸਿਲੈਕਟ ਕਰਨੇ ਨੇ ਆਪਣੇ ਇਵੈਂਟ ਵਾਸਤੇ, ਉਹ ਕਿੰਨੇ ਜਾਣੇ ਹੋਣਗੇ, ਕਿੰਨੇ ਨੰਬਰ ਆਫ ਪੀਪਲ ਹੋਣਗੇ ਜਿਹੜੇ ਕਿ ਐਕਚੁਅਲ 'ਚ ਪਾਰਟਿਸਪੇਟ ਕਰਨਗੇ? ਸਾਡੇ ਕਟ ਆਫ ਲਿਮਿਟ ਹੈਗੀ ਹੈ 30, ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ 30 ਤੋਂ ਜ਼ਿਆਦਾ ਫਿਰ ਬਹੁਤ ਜ਼ਿਆਦਾ ਹੋ ਜਾਣਗੇ, ਫਿਰ ਬਹੁਤ ਲੰਬਾ ਪੈਸੈਂਟ ਹੁੰਦਾ। ਜੀ 30 ਇਸ ਲਿਮਿਟ ਜੀ ਫੋਰ ਜੀ ਔਰ ਉਹਦੇ 'ਚੋਂ ਜਿਹੜੇ ਅਵਾਰਡਸ ਦਿੱਤੇ ਜਾਣਗੇ ਕਿੰਨੇ ਹੋਣਗੇ? ਉਹ ਅਵਾਰਡਸ ਤੇ ਸਾਡੇ ਬਹੁਤ ਸਾਰੇ ਕੌਂਸੋਲੇਸ਼ਨ ਪ੍ਰਾਈਜ਼ਸ ਵੀ ਹੋਣਗੇ, ਜਿਵੇਂ ਕਿ ਮਿਸ ਬਿਊਟੀਫੁਲ ਹੇਅਰ ਚਾਹੀਦਾ। ਇਹ ਇਹ ਤੁਸੀਂ ਆਈ ਐਮ ਸ਼ੋਰ ਇਹ ਤੁਸੀਂ ਆਪਣੇ ਆਪ ਤੋਂ ਇੰਪ੍ਰੈਸ ਹੋ ਕੇ ਰੱਖਿਆ। ਓਕੇ, ਤੇ ਮਿਸ ਫੋਟੋਜੈਨਿਕ, ਬਿਊਟੀਫੁਲ ਆਈਜ਼, ਬਿਊਟੀਫੁਲ ਸਮਾਈਲ, ਸਭ ਤੋਂ ਯੂ ਨੋ ਮਿਸ ਕੰਜੀਨੀਆਲਿਟੀ, ਸਭ ਤੋਂ ਜਿਹੜੀ ਹੈਲਪਫੁਲ ਲੜਕੀ ਹੈ, ਇਹ ਸਾਰੇ ਲਾਈਕ ਯੂ ਨੋ ਬੋਲੀ ਕਿਹਦੀ ਬਹੁਤ ਸੋਹਣੀ ਹੈ, ਅੱਖਾਂ ਕਿਹਦੀਆਂ ਸੋਹਣੀਆਂ ਨੇ, ਉਹ ਸਾਰੇ ਪ੍ਰਾਈਜ਼ ਹੋਣਗੇ। ਤੇ ਮੇਨ ਤਾਂ ਆਫ ਕੋਰਸ ਹੈਗੀ ਨੇ ਵਿਚ ਇਜ਼ ਮਿਸਿਸ ਪੰਜਾਬਨ ਯੂਐਸਏ, ਮਿਸ ਪੰਜਾਬਨ ਯੂਐਸਏ, ਤੇ ਜਿਹੜਾ ਤੀਜਾ ਸਾਡਾ ਹੈ ਸਾਡਾ ਹੈਗਾ ਵਿਚ ਇਜ਼ ਵੈਰੀ ਕਲੋਜ਼ ਟੂ ਮਾਈ ਹਾਰਟ, ਦ ਗ੍ਰੇਸ ਆਫ ਪੰਜਾਬ, ਜਿਹੜਾ ਕਿ ਹੋਏਗਾ ਉਸ ਪਾਰਟੀਸੀਪੈਂਟਸ ਲਈ ਜਿਹੜੇ ਓਵਰ 65 ਨੇ। ਐਂਡ ਆਈਲ ਟੈਲ ਯੂ ਕਿ ਮੈਂ ਐਕਚੁਅਲੀ ਇੰਸਪਾਇਰਡ ਹਾਂ ਨਿਰਮਲ ਰਿਸ਼ੀ ਜੀ ਤੋਂ, ਸੋ ਆਈ ਵਾਜ਼ ਲਾਈਕ ਆਈ ਹੈਵ ਟੂ, ਬਿਕੋਜ਼ ਯੂ ਨੋ ਇਟਸ ਸੱਚ ਅ ਪੋਜ਼ਿਟਿਵ ਐਨਰਜੀ ਜੋ ਤੁਸੀਂ ਓਲਡਰ ਮੋਰ ਐਕਸਪੀਰੀਅੰਸ ਲੇਡੀਜ਼ ਨੂੰ ਦੇਖਦੇ ਹੋ, ਤਾਂ ਇਟਸ ਇੰਪੋਰਟੈਂਟ ਕਿ ਉਹ ਐਨਰਜੀ ਵੀ ਸਾਰਿਆਂ ਦੇ ਸਾਹਮਣੇ ਲਿਆਂਦੀ ਜਾਵੇ। ਜੀ ਐਂਡ ਆਪਾਂ ਵੀ ਗੱਲ ਕੀਤੀ ਸੀ ਕਿ ਸਾਰੀਆਂ ਇੰਨੀਆਂ ਹਾਰਡ ਵਰਕ ਕਰਦੀਆਂ ਨੇ, ਇੰਨਾ ਜ਼ਿਆਦਾ ਦੇ ਨੀਡ ਜੀ ਐਕਚੁਅਲ ਦੇ ਵਿੱਚ ਉਹ, ਔਰ ਉਹ ਜਿਹੜੀ ਰੈਕੋਗਨੀਸ਼ਨ ਆ ਸਾਨੂੰ ਘਰਾਂ ਦੇ ਵਿੱਚ ਤਾਂ ਖੈਰ ਘਰ ਦੀ ਚਾਰ ਦੀਵਾਰੀ ਦੇ ਵਿੱਚ ਨਾ ਹੀ ਮਿਲ ਪਾਉਂਦੀ ਹੈ ਔਰ ਨਾ ਹੀ ਉਹਦੇ ਵੱਲ ਕਿਸੇ ਦਾ ਧਿਆਨ ਜਾਂਦਾ। ਚਲੋ ਇੱਕ ਛੋਟਾ ਜਿਹਾ ਹੋਰ ਬ੍ਰੇਕ ਲੈ ਲੈਂਦੇ ਮੈਮ, ਅਤੇ ਵਾਪਸ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ, ਠੀਕ ਹੈ ਜੀ? ਵੈਲਕਮ ਬੈਕ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਖਿੜੀ ਦੁਪਹਿਰ 'ਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਗੱਲ ਹੋ ਰਹੀ ਹੈ ਸਾਡੀਆਂ ਮਾਵਾਂ ਦੀ, ਸਾਡੀਆਂ ਭੈਣਾਂ ਦੀ ਔਰ ਸਾਡੀਆਂ ਸਾਥਣਾਂ ਦੀ ਪਹਿਚਾਣ ਦੀ। ਡੈਫੀਨੇਟਲੀ ਅਸੀਂ ਜਦੋਂ ਵੀ ਲੇਡੀਜ਼ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਹਮੇਸ਼ਾ ਆਪਣੀ ਮਾਂ ਦੀ ਜੇ ਗੱਲ ਕਰੀਏ ਤਾਂ ਸਾਨੂੰ ਉਹੀ ਚਿਹਰਾ ਨਜ਼ਰ ਆਉਂਦਾ ਹੈ ਕਿ ਹਾਂ ਸਾਡੀ ਮਾਂ ਰਸੋਈ ਦੇ ਵਿੱਚ ਸਾਡੇ ਲਈ ਰੋਟੀ ਪਾਣੀ ਬਣਾਉਂਦੀ ਰਹੀ ਹੈ ਔਰ ਉਹ ਬਣਾਉਂਦੇ ਬਣਾਉਂਦੇ ਇੱਕ ਦਿਨ ਬਜ਼ੁਰਗ ਹੋ ਗਈ, ਹੈ ਨਾ। ਫਿਰ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ ਬਿਕੋਜ਼ ਜਦੋਂ ਸੇਵਾ ਕਰਨੀ ਸੀ ਉਦੋਂ ਅਸੀਂ ਘਰ ਤੋਂ ਬਾਹਰ ਚਲੇ ਗਏ। ਔਰ ਇੱਕ ਦਿਨ ਫਿਰ ਅਸੀਂ ਇਸੇ ਤਰ੍ਹਾਂ ਆਪਣੇ ਆਪ ਨੂੰ ਇਹ ਤਸੱਲੀ ਦਿਵਾ ਲੈਂਦੇ ਹਾਂ ਕਿ ਚਲੋ ਸਾਡਾ ਜਿੰਨਾ ਵੀ ਸਾਥ ਸੀ, ਮਾਂ ਨੇ, ਮਾਂ ਦੀ ਮੈਂ ਤਾਂ ਸੇਵਾ ਨਹੀਂ ਕੀਤੀ ਪਰ ਮਾਂ ਨੇ ਮੈਨੂੰ ਰੱਜ ਕੇ ਪਿਆਰ ਵੀ ਦਿੱਤਾ ਅਤੇ ਮੇਰੀ ਸੇਵਾ ਵੀ ਕੀਤੀ। ਪਰ ਐਕਚੁਅਲ ਦੇ ਵਿੱਚ ਕੀ ਇੱਕ ਔਰਤ ਦੀ ਜ਼ਿੰਦਗੀ ਜਿਹੜੀ ਸਿਰਫ ਇਸੇ ਤਰ੍ਹਾਂ ਹੀ ਹੋ ਜਾਣੀ ਚਾਹੀਦੀ? ਆਪਾਂ ਗੱਲ ਸਿਰਫ ਮਾਂ ਦੀ ਕਰ ਰਹੇ ਹਾਂ ਬਟ ਇਹ ਜਿਹੜੀਆਂ ਗੱਲਾਂ ਨੇ ਇਹ ਸਾਰਿਆਂ 'ਤੇ ਅਪਲਾਈ ਹੁੰਦੀਆਂ ਨੇ, ਸਾਡੀਆਂ ਭੈਣਾਂ 'ਤੇ ਵੀ ਹੁੰਦੀਆਂ ਨੇ, ਸਾਡੀਆਂ ਪਤਨੀਆਂ 'ਤੇ ਵੀ ਹੁੰਦੀਆਂ ਨੇ। ਬਟ ਰਿਕੋਗਨੀਸ਼ਨ ਦੀ ਜਦੋਂ ਗੱਲ ਆਉਂਦੀ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਇਹੋ ਜਿਹੀ ਚੀਜ਼ ਦੇ ਲਈ ਮੋਟੀਵੇਟ ਕਰਨ ਦੀ ਗੱਲ ਆਉਂਦੀ ਹੈ ਕਿ ਉਹਨਾਂ ਨੂੰ ਆਪਣੇ ਕੈਲੀਬਰ ਦੇ ਲਈ ਆਪਣੀ ਐਨਰਜੀ ਦੇ ਬਾਰੇ ਪਤਾ ਲੱਗ ਸਕੇ ਕਿ ਐਕਚੁਅਲ ਦੇ ਵਿੱਚ ਸਾਡੇ ਅੰਦਰ ਹੋਰ ਕੀ ਗੁਣ ਹੈ। ਬਹੁਤ ਵਾਰ ਤੁਸੀਂ ਸੁਣਿਆ ਹੋਣਾ ਕਿ ਉਹੀ ਜਿਹੜੀਆਂ ਸਾਡੇ ਘਰ ਦੀਆਂ ਧੀਆਂ ਭੈਣਾਂ, ਸਾਡੀਆਂ ਮਾਵਾਂ ਇੰਡੀਆ ਦੇ ਵਿੱਚ ਇੱਥੇ ਚੁੱਲ੍ਹੇ ਚੌਂਕੇ 'ਚ ਹੀ ਰਹੀਆਂ, ਉਹ ਜਦੋਂ ਫੋਰਨ ਕੰਟਰੀਜ਼ ਦੇ ਵਿੱਚ ਗਈਆਂ, ਅਮੈਰੀਕਾ ਦੇ ਵਿੱਚ ਗਈਆਂ, ਕੈਨੇਡਾ ਦੇ ਵਿੱਚ ਗਈਆਂ, ਉਹ ਡਰਾਈਵ ਕਰਕੇ ਆਪਣੇ ਘਰੋਂ ਆਪਣੇ ਕੰਮ 'ਤੇ ਜਾਂਦੀਆਂ ਨੇ, ਵਾਪਸ ਆਉਂਦੀਆਂ ਨੇ, ਆਪਣਾ ਘਰ ਦਾ ਖਰਚਾ ਜਾਂ ਆਪਣੇ ਘਰ ਦਾ ਜੋ ਵੀ ਸਮਾਨ, ਜੋ ਵੀ ਗਰੋਸਰੀ ਉਹਨਾਂ ਨੂੰ ਚਾਹੀਦੀ ਹੈ, ਜਿਸ ਤਰ੍ਹਾਂ ਦਾ ਕੱਪੜਾ ਉਹ ਪਾਉਣਾ ਚਾਹੁੰਦੀਆਂ, ਉਹ ਸਾਰਾ ਕੁਝ ਆਪ ਕਰਦੀਆਂ ਨੇ। ਕੀ ਫਰਕ ਹੈ? ਸਿਰਫ ਮਾਹੌਲ ਦਾ ਫਰਕ ਹੈ ਔਰ ਓਪਰਚੁਨਿਟੀ ਦਾ ਫਰਕ ਹੈ। ਸੋ ਜਸ ਪੰਜਾਬੀ ਇਸ ਵਕਤ ਇੱਕ ਇਹੋ ਜਿਹਾ ਇਵੈਂਟ ਜਿਹੜਾ ਆ ਕਿਮੀ ਜੀ ਦੇ ਨਾਲ ਕੋਲੈਬੋਰੇਟ ਕਰਕੇ ਲੈ ਕੇ ਆ ਰਿਹਾ ਹੈ, ਜਿਹਦੇ ਕਰਕੇ ਇਹ ਜਿਹੜੀ ਰੈਕੋਗਨੀਸ਼ਨ ਜਿਹਨੂੰ ਆਪਾਂ ਹਮੇਸ਼ਾ ਹੀ ਪਰਦੇ ਦੇ ਪਿੱਛੇ ਦੀ ਗੱਲ ਸਮਝਦੇ, ਇਹ ਹੁਣ ਪਰਦੇ ਦੇ ਸਾਹਮਣੇ ਆ ਰਹੀ ਹੈ। ਸੋ ਚਲੋ ਇੱਕ ਵਾਰੀ ਫਿਰ ਵੈਲਕਮ ਬੈਕ ਕਰਦੇ ਹਾਂ ਕਿਮੀ ਜੀ ਦਾ, ਬਹੁਤ ਬਹੁਤ ਸਵਾਗਤ ਹੈ ਕਿਮੀ ਮੈਮ। ਬ੍ਰੇਕ ਤੋਂ ਬਾਅਦ ਥੈਂਕ ਯੂ ਵਰਿੰਦਰ, ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਮਾਂ ਬਾਰੇ, ਇਕਦਮ ਬਹੁਤ ਮੀਨਿੰਗਫੁਲ ਹੈ, ਦਿਲ ਨੂੰ ਲੱਗੀ ਆ ਜਾ ਕੇ। ਓ ਤਾਂ ਹੀ ਕੀਤੀਆਂ ਮੈਂ ਕਿ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਲੱਗਣਾ ਚਾਹੀਦਾ ਕਿ ਐਕਚੁਅਲ 'ਚ ਜੇ ਅਸੀਂ ਕੁਝ ਕਰ ਸਕਦੇ ਹਾਂ ਨਾ ਆਪਣੇ ਪੇਰੈਂਟਸ ਦੇ ਲਈ, ਮਾਂ ਦੇ ਲਈ, ਭੈਣ ਦੇ ਲਈ, ਆਪਣੀ ਪਤਨੀ ਦੇ ਲਈ, ਤਾਂ ਉਹਨਾਂ ਨੂੰ ਮੋਟੀਵੇਟ ਜ਼ਰੂਰ ਕਰੀਏ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਤੇ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਉਹਨਾਂ ਲਈ ਉਸ ਵੇਲੇ ਚੀਜ਼ਾਂ ਕਰੋ ਜਦੋਂ ਉਹ ਜਿਉਂਦੇ ਨੇ। ਐਗਜ਼ੈਕਟਲੀ, ਯੂ ਨੋ ਆਈਵ ਸੀਨ ਬਹੁਤ ਸਾਰੇ ਲੋਕ ਪਛਤਾਉਂਦੇ ਨੇ ਜਦੋਂ, ਹਨਾ, ਐਂਡ 'ਚ ਆਪਾਂ ਨੂੰ ਪਤਾ ਸਾਰਿਆਂ ਨੇ ਮੁੱਕ ਜਾਣਾ ਵਾ, ਪਰ ਬਾਅਦ 'ਚ ਲੋਕ ਬਹੁਤ ਸਾਰੀ ਕਰਦੇ ਆ, ਓ ਮਾਈ ਗੋਡ ਮੈਂ ਆਪਦੀ ਮਾਂ ਲਈ ਆਹ ਕਰਦਾ, ਮੈਂ ਆਹ ਕਰਦੀ, ਅਜੇ ਯਾਰ ਹੁਣ ਕਰੋ, ਹੁਣ ਮੌਕਾ ਹੈਗਾ ਵਾ ਉਹਨਾਂ ਨੂੰ, ਤੁਹਾਡੇ ਕੋਲੇ ਤੁਸੀਂ ਜਿਉਂਦੇ ਹੋ, ਤੁਹਾਡੇ ਕੋਲੇ ਟਾਈਮ ਹੈਗਾ ਵਾ, ਸੋ ਯੂ ਡੂ ਦ ਬੈਸਟ ਯੂ ਕੈਨ, ਤੁਹਾਨੂੰ ਸਮਝ ਵੀ ਹੈਗੀ ਹੈ, ਰੀਸੋਰਸਿਸ ਵੀ ਹੈਗੇ ਨੇ, ਓਪਰਚੁਨਿਟੀਜ਼ ਵੀ ਅੱਜ ਕੱਲ ਹੈਗੀਆਂ ਨੇ, ਤਾਂ ਵੇਟ ਨਾ ਕਰੋ, ਐਵੇਂ ਦੇਰ ਨਾ ਲਾਈ ਜਾਓ, ਉਹ ਨਾ ਕਰੋ, ਕੱਲ ਕਰਾਂਗੇ ਬਾਅਦ ਚ, ਸਹੀ ਸਟਾਪ ਕਰ, ਸਟਾਪ ਇਟ ਨੌਨਸੈਂਸ। ਇਸ ਇਵੈਂਟ ਨੂੰ ਲੈ ਕੇ ਵੀ ਤਾਂ ਮੈਮ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਚਲੋ ਇਸ ਸਾਲ ਦੇਖਦੇ ਹਾਂ ਕੀ ਬਣਦਾ ਵਾ ਤੇ ਅਗਲੇ ਸਾਲ ਸੋਚਾਂਗੇ ਪਾਰਟਿਸਿਪੇਟ ਕਰ ਲਈਏ।
ਮੈਂ ਸੱਚੀ ਇਹ ਨਾ ਮੇਰੇ ਦਿਲ ਦੇ ਬਹੁਤ ਕਰੀਬ ਦੀ ਗੱਲ ਹੈ। ਮੈਂ ਮੰਨਦੀ ਹਾਂ ਕਿ ਜਦੋਂ ਤੁਹਾਨੂੰ ਕੁਝ ਕਰਨ ਦਾ ਮੌਕਾ ਮਿਲੇ, ਜਦੋਂ ਮਨ ਨੂੰ ਲੱਗੇ ਕਿ ਹਾਂ ਮੈਨੂੰ ਕਰਨਾ ਚਾਹੀਦਾ, ਥੋੜੀ ਜਿਹੀ ਆਵਾਜ਼ ਆਈ ਨਾ ਤਾਂ ਉਹਨੂੰ ਕਰੋ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਅੱਗੇ ਚੱਲ ਕੇ ਉਹ ਤੁਹਾਡਾ ਡਿਸੀਜਨ ਤੁਹਾਨੂੰ ਕਿੱਥੇ ਲੈ ਜਾਏਗਾ। ਯੂ ਡੋਨਟ ਨੋ ਕਿ ਅੱਗੇ ਕਿੰਨੀ ਤੁਹਾਡੀ ਲਾਈਫ ਚੇਂਜ ਹੋ ਸਕਦੀ ਹੈ ਜਸਟ ਬਾਈ ਲਿਸਨਿੰਗ ਟੂ ਯੋਰ ਹਾਰਟ। ਹਮੇਸ਼ਾ ਆਪਦੇ ਦਿਲ ਦੀ ਗੱਲ ਸੁਣੋ, ਤੁਹਾਡਾ ਮਨ ਕਰਦਾ ਕਰਨ ਨੂੰ, ਇੰਨੀ ਵੇਟ ਨਹੀਂ ਕਰਨੀ, ਦੁਨੀਆ ਨੇ ਰਹਿਣਾ ਨੀਗਾ, ਕਿਤੇ ਨਾ ਕਿਤੇ ਤੁਸੀਂ ਵੀ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਆ ਉਹ ਮੋਟੀਵੇਟ ਕਰਨ ਦੇ ਲਈ ਹੀ ਰੱਖਿਆ, ਬਿਕੋਜ਼ ਡੈਫੀਨੇਟਲੀ ਸਾਡੇ ਘਰ ਦੀਆਂ ਜਿਹੜੀਆਂ ਫੀਮੇਲਸ ਨੇ ਸਾਡੀ ਕਮਿਊਨਿਟੀ ਦੀਆਂ ਸਪੈਸ਼ਲੀ, ਉਹਨਾਂ ਦੇ ਕੋਲ ਇੰਨਾ ਐਕਸਪੋਜ਼ਰ, ਇੰਨਾ ਕੌਨਫੀਡੈਂਸ ਨਹੀਂ ਹੈਗਾ ਕਿ ਉਹ ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕਣ। ਬਟ ਜੇਕਰ ਉਹਨਾਂ ਦੇ ਫੈਮਿਲੀ ਦੇ ਮੇਲਸ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਪਵੇ ਤੇ ਤੁਹਾਡੀ ਹੈਲਪ ਲੈਣੀ ਪਵੇ ਤਾਂ ਇਹ ਪੋਸੀਬਲ ਹੈ? ਬਿਲਕੁਲ ਹੈ, ਬਿਲਕੁਲ। ਆਈ ਐਮ ਦੇਅਰ ਟੂ ਹੈਲਪ। ਤੁਹਾਨੂੰ ਕੋਈ ਵੀ ਹੈਲਪ ਦੀ ਜ਼ਰੂਰਤ ਹੈ ਤੁਸੀਂ, ਬਟ ਡੈਫੀਨੇਟਲੀ ਯੂ ਸ਼ੁਡ ਮੋਟੀਵੇਟ ਯੋਰ ਵਾਈਫ, ਯੂ ਸ਼ੁਡ ਮੋਟੀਵੇਟ ਯੋਰ ਸਿਸਟਰ, ਯੋਰ ਮਦਰ, ਐਜ਼ ਅ ਇਨਸਾਨ, ਐਜ਼ ਅ ਬੰਦਾ, ਲਾਈਕ ਯੂ ਨੋ ਮੇਲ, ਇਹ ਤੁਹਾਡੀ ਡਿਊਟੀ ਹੋਣੀ ਚਾਹੀਦੀ ਹੈ, ਰਾਈਟ? ਤੁਸੀਂ ਆਪਣੀ ਮਦਰ ਨੂੰ, ਆਪਣੀ ਵਾਈਫ ਨੂੰ, ਆਪਣੀ ਸਿਸਟਰ ਨੂੰ, ਆਪਣੀ ਬੇਟੀ ਨੂੰ, ਸਾਰਿਆਂ ਨੂੰ ਮੋਟੀਵੇਟ ਕਰੋ। ਔਰ ਜੇ ਮਤਲਬ ਮੇਰੀ ਹੈਲਪ ਚਾਹੀਦੀ ਹੈ ਤਾਂ ਪੰਜਾਬਣ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਲੇਡੀਜ਼ ਦੇ ਮਾਈਂਡ ਦੇ ਵਿੱਚ ਇਹ ਵੀ ਹੁੰਦਾ ਕਿ ਜਿਵੇਂ ਆਪਾਂ ਈਵਨ ਬ੍ਰੇਕ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਕਿ ਹੁਣ 30-35 ਉਮਰ ਹੋ ਗਈ ਹੈ, ਹੋਰ ਸਾਲ 2 ਸਾਲ ਨੂੰ ਮੰਜੇ ਤੇ ਪੈਣ ਵਾਲਾ ਟਾਈਮ ਆ ਜਾਣਾ, ਹੁਣ ਮੈਂ ਨੱਚ ਕੇ ਕੀ ਕਰਨਾ, ਵੀ ਮੈਂ ਨੱਚ ਵੀ ਪਾਉਂਗੀ ਨਹੀਂ ਨੱਚ ਪਾਉਂਗੀ, ਇਹ ਸਾਰੇ ਸ਼ੰਕਾ ਜਿਹੜੀਆਂ ਇਹ ਤੁਸੀਂ ਕਿਵੇਂ ਦੂਰ ਕਰੋਗੇ? Oh my God, but it's a dramatic sound ਕਰਦਾ ਰਿਹਾ ਸਾਰਾ ਕੁਝ। ਐਕਚੁਅਲੀ ਦੇ ਵਿੱਚ ਡਰਮੈਟਿਕ ਆਪਾਂ ਨੂੰ ਸੁਣ ਕੇ ਲੱਗਦਾ, ਬਟ ਜਿਹੜੀਆਂ ਸਾਡੀਆਂ, ਮੈਂ ਆਪਾਂ ਆਪਣੇ ਆਸ-ਪਾਸ ਦੇਖੀਏ, ਸਾਡੇ ਮਦਰਸ ਨੂੰ ਦੇਖੀਏ, ਗ੍ਰੈਂਡ ਮਦਰਸ ਨੂੰ ਦੇਖੀਏ ਤੇ ਉਹ ਐਵੇਂ ਹੀ ਸੋਚਦੇ ਨੇ, ਹੁਣ ਅਸੀਂ ਗੂੜੇ ਰੰਗ ਨਹੀਂ ਪਾ ਸਕਦੇ, ਹੁਣ ਅਸੀਂ ਕਿੱਥੇ ਜਾਵਾਂਗੇ, ਲੈ ਹੁਣ ਅਸੀਂ ਗੱਡੀਆਂ ਤੇ ਜਾਂਦੇ ਚੰਗੇ ਲੱਗਦੇ ਹਾਂ, ਹੁਣ ਅਸੀਂ ਇਵੈਂਟ ਦੇ ਵਿੱਚ ਜਾਵਾਂਗੇ ਫਿਰ ਅਸੀਂ ਨੱਚਾਂਗੇ। ਐਕਚੁਅਲ ਦੇ ਵਿੱਚ ਇਹ ਜਿਹੜੀ ਇਮੇਜਿਨੇਸ਼ਨ ਹੈ ਇਹ ਕਿਤੇ ਨਾ ਕਿਤੇ ਸਾਨੂੰ ਰੋਕ ਵੀ ਰਹੀ ਹੈ। ਬਿਲਕੁਲ ਰੋਕ ਰਹੀ ਹੈ ਤੇ ਓਕੇ, ਜਿੱਥੇ ਤੱਕ ਤੁਹਾਡਾ ਸਵਾਲ ਸੀਗਾ ਵੀ ਉਹਨਾਂ ਨੂੰ ਹੋਏਗਾ ਵੀ ਪਤਾ ਨਹੀਂ ਸਾਨੂੰ ਡਾਂਸ ਨਹੀਂ ਕਰਨਾ ਆਉਣਾ ਜਾਂ ਅਸੀਂ ਨੱਚ ਸਕਾਂਗੇ ਕਿ ਨਹੀਂ, ਇਸ ਕਰਕੇ ਇਸੇ ਕਰਕੇ ਨਾ ਮੈਂ ਸਟੇਜ ਤੇ ਕੋਈ ਰਾਊਂਡ ਨਹੀਂ ਰੱਖਿਆ ਕਿ ਇੱਕ ਲੜਕੀ ਆ ਕੇ ਇਕੱਲੀ ਡਾਂਸ ਕਰਕੇ ਜਾਵੇ, ਤਾਂ ਅਸੀਂ ਸਾਰਿਆਂ ਦਾ ਗਰੁੱਪ ਡਾਂਸ ਰੱਖਿਆ, ਇਹਦੇ ਨਾਲ ਤੁਹਾਡਾ ਕੰਫਰਟ ਲੈਵਲ ਵੱਧਦਾ। ਦੂਜਾ, ਤੁਹਾਨੂੰ ਡਾਂਸ ਦੀ ਟ੍ਰੇਨਿੰਗ ਦਿੱਤੀ ਜਾਊਗੀ। ਔਰ ਤੀਜਾ, ਆਪਾਂ ਕੋਈ ਸ਼੍ਰੀਦੇਵੀ ਵਰਗੇ ਕੋਈ ਅਮੇਜ਼ਿੰਗ ਡਾਂਸਸ ਨਹੀਂ ਕਰਨੇਗੇ, ਆਪਾਂ ਉਹ ਸਭ ਠੀਕ ਆ, ਆਪਾਂ ਬਹੁਤ ਸੋਹਣਾ ਮਿੱਠਾ ਮਿੱਠਾ ਯੂ ਨੋ ਪੰਜਾਬੀ ਗਾਣੇ ਤੇ ਡਾਂਸ ਕਰਨਾ, ਬਹੁਤ ਪਿਆਰਾ, ਜੋ ਕਿ ਬੜਾ ਗ੍ਰੇਸਫੁਲ ਲੱਗੂਗਾ, ਔਰ ਸਟੈਪਸ ਕਰਨੇ ਕੋਈ ਔਖੇ ਨਹੀਂ। ਔਰ ਮੈਂ ਬਿਲੀਵ ਕਰਨ ਨੂੰ ਰੈਡੀ ਨਹੀਂ ਕਿ ਕੋਈ ਔਰਤ ਹੈਗੀ ਹੈ ਜਿਹਨੂੰ ਡਾਂਸ ਨਹੀਂ ਕਰਨਾ ਆਉਂਦਾ। ਜਿਹੜੀਆਂ ਬੋਲਦੀਆਂ ਨਾ ਐਵੇਂ ਬੋਲਦੀਆਂ ਰਹਿੰਦੇ, ਆਲ ਦ ਮਨ ਚ ਸਾਰਿਆਂ ਨੂੰ ਨੱਚਣਾ ਆਉਂਦਾ, ਸਾਰਿਆਂ ਨੂੰ ਗਾਣਾ ਆਉਂਦਾ, ਸੋ ਅਸੀਂ ਉਹ ਤੁਹਾਡਾ ਉਹ ਇਨਰ ਬਾਹਰ ਕੱਢ ਲੈਣਾ। ਜੀ ਓਕੇ, ਇਸੇ ਬਾਰੇ ਆਪਾਂ ਕੰਟੀਨਿਊ ਕਰਾਂਗੇ। ਮੈਮ ਆਮ ਸੋ ਸੌਰੀ, ਜਲਦੀ ਜਲਦੀ ਬ੍ਰੇਕ ਲੈਣੀ ਪੈ ਰਹੀ ਹੈ, ਸੋ ਚਲੋ ਇੱਕ ਹੋਰ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ, ਵਾਪਸ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਬ੍ਰੇਕ ਤੋਂ ਬਾਅਦ, ਇੱਕ ਵਾਰ ਫਿਰ ਖਿੜੀ ਦੁਪਹਿਰ 'ਚ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਮੀ ਜੀ ਦੇ ਨਾਲ, ਕਿਮੀ ਵਰਮਾ ਜੀ ਦੇ ਨਾਲ, ਜਿਨ੍ਹਾਂ ਨੂੰ ਆਪਾਂ ਡੈਫੀਨੇਟਲੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਦੇਖਿਆ, ਔਰ ਉਹਨਾਂ ਦੇ ਖੂਬਸੂਰਤ ਜਿਹੇ ਵਾਲ ਔਰ ਖੂਬਸੂਰਤ ਜਿਹਾ ਚਿਹਰਾ, ਡੈਫੀਨੇਟਲੀ ਨਾਮ ਲੈਂਦੇ ਲੈਂਦੇ ਹੀ ਅੱਖਾਂ ਸਾਹਮਣੇ ਆ ਜਾਂਦਾ ਨਾ। ਸੋ ਬਹੁਤ ਵਧੀਆ ਇਵੈਂਟ ਜਿਹੜਾ ਉਹ ਲੈ ਕੇ ਆ ਰਹੇ ਨੇ ਮਿਸ ਐਂਡ ਮਿਸਿਸ ਪੰਜਾਬਨ USA, ਜਿਹਦੇ ਬਾਰੇ ਇੱਕ ਮੀਟ ਐਂਡ ਗ੍ਰੀਟ ਹੋ ਰਹੀ ਹੈ 24 ਤਰੀਕ ਨੂੰ, ਯਾਨੀ ਕਿ ਸੈਟਰਡੇ ਨੂੰ 12 ਵਜੇ ਤੋਂ ਲੈ ਕੇ 5 ਵਜੇ ਤੱਕ, ਜਿੱਥੇ ਤੁਹਾਨੂੰ ਕਿਮੀ ਜੀ ਤਾਂ ਮਿਲਣਗੇ ਹੀ ਅਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਲੋਕ ਮਿਲਣਗੇ। ਕੌਣ ਕੌਣ ਹੋਣਗੇ ਇਹ ਤਾਂ ਦੇਖੋ ਜੀ, ਸਰਪ੍ਰਾਈਜ਼ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਨਾ। ਚਲੋ ਫਿਲਹਾਲ ਇੱਕ ਵਾਰੀ ਫਿਰ ਵੈਲਕਮ ਕਰਦੇ ਉਹਨਾਂ ਦਾ ਜੀ। ਵੈਲਕਮ ਬੈਕ ਮੈਮ ਵੰਸ ਅਗੇਨ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਓਕੇ ਮੈਮ, ਆਪਣੇ ਕੋਲ ਟਾਈਮ ਜਿਹੜਾ ਬਿਲਕੁਲ ਥੋੜ੍ਹਾ ਜਿਹਾ ਰਹਿ ਗਿਆ, ਮੈਂ ਇੱਕ ਵਾਰੀ ਇਹ ਫਿਰ ਜਾਣਨਾ ਚਾਹੂੰਗੀ ਤੁਹਾਡੇ ਕੋਲੋਂ, ਲੋਕਾਂ ਦੇ ਪੁਆਇੰਟ ਆਫ ਵਿਊ ਤੋਂ ਹੀ, ਕਿ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਵਾਈ ਜਾਵੇ, ਤੁਹਾਡੇ ਤੱਕ ਇਸ ਇਵੈਂਟ ਦੇ ਲਈ ਕਿਸ ਤਰ੍ਹਾਂ ਪਹੁੰਚਿਆ ਜਾਵੇ। ਦੇਖੋ, ਰਜਿਸਟ੍ਰੇਸ਼ਨ ਕਰਵਾਉਣ ਲਈ ਤਾਂ ਉਹ ਸਾਡੀ ਵੈਬਸਾਈਟ 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਅਤੇ ਫੋਨ ਨੰਬਰ 'ਤੇ, ਪਰ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ, ਜ਼ਰੂਰੀ ਨਹੀਂ ਹੈ।
हाँ ਤੁਸੀਂ ਇਵੈਂਟ ਤੇ ਆਓ, ਇਹਦੇ ਲਈ ਕੋਈ ਰਜਿਸਟ੍ਰੇਸ਼ਨ ਨਹੀਂ ਚਾਹੀਦੀ। ਤੁਸੀਂ ਜਦੋਂ ਤੁਹਾਡਾ ਮਨ ਕਰੇ ਉੱਠੋ ਤੇ ਆਓ, ਉਹਦੇ ਲਈ ਕੁਝ ਨਹੀਂ ਰਜਿਸਟ੍ਰੇਸ਼ਨ ਕਰਵਾਉਣੀ। ਪਲੀਜ਼ ਕਮ ਤੇ ਤੁਸੀਂ ਆਓ, ਆਪਣੇ ਨਾਲ ਫੈਮਿਲੀ ਨੂੰ ਲੈ ਕੇ ਆਓ, ਪਲੀਜ਼ ਆ ਕੇ ਮਿਲੋ। ਜੀ, ਐਂਡ ਇਸ ਤੋਂ ਇਲਾਵਾ ਕੁਝ ਲੋਕ ਜਿਹੜੇ ਕਿ ਤੁਹਾਡੇ ਨਾਲ ਐਜ਼ ਅਨ ਹੈਲਪ ਜੁੜਨਾ ਚਾਹੁੰਦੇ ਨੇ, ਐਜ਼ ਅ ਸਪਾਂਸਰ ਜੁੜਨਾ ਚਾਹੁੰਦੇ ਨੇ, ਐਜ਼ ਅ ਵਲੰਟੀਅਰ ਜੁੜਨਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜੇ ਸਪਾਂਸਰਸ ਨੇ ਤਾਂ ਉਹ ਤਾਂ ਬਹੁਤ ਹੀ ਅੱਛੀ ਗੱਲ ਹੈ। ਹਰ ਇਵੈਂਟ ਲਈ ਯੂ ਨੀਡ ਸਪਾਂਸਰਸ, ਤਾਂ ਬਿਲਕੁਲ ਸਾਡੇ ਕੋਲ ਕਾਫੀ ਪੈਕੇਜਸ ਨੇ ਜਿਹਦੇ ਨਾਲ ਤੁਹਾਡੀ ਬੜੀ ਅੱਛੀ ਐਡਵਰਟਾਈਜ਼ਮੈਂਟ ਹੋਊਗੀ, ਅਸੀਂ ਤੁਹਾਨੂੰ ਬਹੁਤ ਮਾਣ ਸਨਮਾਨ ਦੇਵਾਂਗੇ। ਤੇ ਪਲੀਜ਼ ਸਾਨੂੰ ਕੰਟੈਕਟ ਕਰੋ ਇਹੀ ਨੰਬਰ ਤੇ, ਇਹੀ ਈਮੇਲ ਤੇ, ਤੇ ਅਸੀਂ ਤੁਹਾਨੂੰ ਸਪਾਂਸਰਸ਼ਿਪ ਪੈਕੇਜਸ ਭੇਜ ਦਾਂਗੇ। ਤੇ ਅਦਰਵਾਈਜ਼ ਵਾਲੰਟੀਅਰਸ ਐਨੀ ਟਾਈਮ ਪਲੀਜ਼ ਆ ਕੇ ਮਿਲੋ। ਐਬਸੋਲੂਟ ਜੀ, ਐਕਚੁਅਲ ਦੇ ਵਿੱਚ ਵਲੰਟੀਅਰਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਲੱਗਦਾ ਕਿ ਜਿਵੇਂ ਕੋਈ ਸਪੈਸ਼ਲ ਜੀ ਡੈਜ਼ਿਗਨੇਸ਼ਨ ਹੈ, ਬਟ ਸਿੱਧੇ ਸਾਧੇ ਸ਼ਬਦਾਂ ਦੇ ਵਿੱਚ ਇੱਕ ਪਰਿਵਾਰਕ ਪ੍ਰੋਗਰਾਮ ਦੇ ਵਿੱਚ ਜਿੰਨੇ ਕਿ ਜੀ ਜਿਹੜੇ ਨੇ ਹੁਣ ਉਨੇ ਹੀ ਥੋੜੇ ਹੁੰਦੇ ਆ, ਸੋ ਇਹ ਵਲੰਟੀਅਰ ਸ਼ਬਦ ਨੂੰ ਇਸ ਤਰ੍ਹਾਂ ਹੀ ਲਿਆ ਜਾਵੇ ਜੀ। ਅੱਛਾ ਮੈਮ, ਲਾਸਟ ਦੇ ਵਿੱਚ ਮੈਂ ਇੱਕ ਤੁਹਾਡੇ ਤੋਂ ਸਵਾਲ ਜਿਹੜਾ ਪੁੱਛਣਾ ਚਾਹੁੰਦੀ, ਉਸ ਤੋਂ ਬਾਅਦ ਡੈਫੀਨੇਟਲੀ ਇੱਕ ਮੈਸੇਜ ਜ਼ਰੂਰ ਲਊਂਗੀ ਮੈਂ ਸਾਡੀਆਂ ਲੇਡੀਜ਼ ਦੇ ਲਈ ਜਿਹੜੀਆਂ ਕਿ ਪਾਰਟਿਸਪੇਟ ਕਰਨਾ ਚਾਹੁੰਦੀਆਂ ਨੇ, ਕਿ ਮੀਟ ਐਂਡ ਗ੍ਰੀਟ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ, ਵਨਸ ਅਗੇਨ ਪੁੱਛ ਰਹੀ ਹਾਂ, ਸਾਰਿਆਂ ਦੀ ਪੋਸੀਬਲ ਹੈ? ਬਿਲਕੁਲ, ਸਾਰੇ ਦੀ ਪੋਸੀਬਲ ਹੈ। ਮੈਂ ਆਪ ਮਿਲਣਾ ਚਾਹੁੰਦੀ ਹਾਂ, ਮੈਂ ਆਪ ਸਾਰਿਆਂ ਨੂੰ ਮਿਲਣਾ ਚਾਹੁੰਦੀ ਹਾਂ। ਤੁਹਾਡੀ ਗੱਲ ਵੱਖਰੀ ਹੈ, ਮੈਂ ਮਿਲਣਾ ਚਾਹੁੰਦੀ ਹਾਂ। ਓਕੇ ਜੀ, ਚਲੋ ਦੱਸ ਦਿਓ ਫਿਰ ਫਟਾਫਟ ਕਿ ਕਦੋਂ, ਕਿਵੇਂ, ਕਿਸ ਤਰ੍ਹਾਂ ਮਿਲਿਆ ਜਾ ਸਕਦਾ ਤੁਹਾਨੂੰ? ਆਪ ਤੁਸੀਂ ਲਾਟਰਪ ਦੇ ਨੇੜੇ ਤੇੜੇ ਹੋ, ਉੱਥੇ ਹੋ ਤਾਂ 24 ਜੁਲਾਈ ਨੂੰ ਜਸ ਪੰਜਾਬੀ ਦੇ ਕੈਲੀਫੋਰਨੀਆ ਸਟੂਡੀਓ ਦੇ ਵਿੱਚ, ਉੱਥੇ 12 ਵਜੇ ਤੋਂ 5 ਵਜੇ ਤੱਕ। ਬਾਕੀ ਇਹ ਵੀ ਹੈਗਾ, ਅਸੀਂ ਪਹਿਲਾਂ ਵੀ ਅਸੀਂ ਤਾਂ ਵੀ ਉੱਥੇ ਲੇਟ ਹੋ ਤਾਂ ਵੀ ਉੱਥੇ, ਪਰ 12 ਤੋਂ 5 ਦੇ ਵਿੱਚ, ਠੀਕ ਹੈ? ਪੱਕਾ? ਬਿਲਕੁਲ ਜੀ, ਪੱਕਾ। ਮੈਂ ਬਾਕੀ ਸਾਰਿਆਂ ਨੂੰ ਲੈ ਕੇ ਪਹੁੰਚ ਰਹੀ ਹਾਂ ਬਸ ਤੁਹਾਡੇ ਕੋਲ, ਠੀਕ ਹੈ? ਠੀਕ ਹੈ, ਥੈਂਕ ਯੂ ਸੋ ਮਚ ਮੈਮ, ਸਾਰੀ ਇਨਫੋਰਮੇਸ਼ਨ ਦੇ ਲਈ, ਇੱਕ ਅੱਛੀ ਹੈਲਦੀ ਜੀ ਟੋਕ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਉਮੀਦ ਕਰਦੇ ਹਾਂ ਕਿ ਜਦੋਂ ਤੱਕ ਇਹ ਇਵੈਂਟ ਨਹੀਂ ਹੋ ਜਾਂਦਾ, ਆਪਾਂ ਇਸੇ ਤਰ੍ਹਾਂ ਮਿਲਦੇ ਰਹਾਂਗੇ, ਸਭ ਦੇ ਸਵਾਲ ਤੁਹਾਡੇ ਨਾਲ ਮੈਂ ਇਸੇ ਤਰ੍ਹਾਂ ਡਿਸਕਸ ਕਰਦੀ ਰਹੂੰਗੀ। ਕੁਛ ਜੋ ਵੀ ਕਨਫਿਊਜ਼ਨਸ ਨੇ, ਜੋ ਕੁਛ ਵੀ ਕੋਈ ਪੁੱਛਣਾ ਚਾਹੁੰਦਾ, ਆਪਾਂ ਇਸੇ ਤਰ੍ਹਾਂ ਸਭ ਨੂੰ ਜਵਾਬ ਦਿੰਦੇ ਰਹਾਂਗੇ। ਠੀਕ ਹੈ ਜੀ, ਥੈਂਕ ਯੂ ਸੋ ਮਚ ਅੱਜ ਦੇ ਸ਼ੋਅ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ, ਸ਼ੁਕਰੀਆ ਤੁਹਾਡਾ ਸਭ ਤੋਂ ਜ਼ਿਆਦਾ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬਕਾਇਦਾ ਜੱਗੀ ਜੀ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਬਿਕੋਜ਼ ਪੂਰਾ ਜਸ ਪਰਿਵਾਰ ਜਿਹੜਾ ਆ ਇਸ ਇਵੈਂਟ ਦੇ ਵਿੱਚ ਸ਼ਾਮਿਲ ਹੈ, ਸਾਰੇ ਚਾਹੁੰਦੇ ਨੇ ਕਿ ਸਾਡੇ ਜਿੰਨੇ ਵੀ ਵਿਊਅਰਸ ਨੇ ਉਹਨਾਂ ਨੂੰ ਮਿਲਿਆ ਜਾਏ, ਔਰ ਡੈਫੀਨੇਟਲੀ ਰਿਕੋਗਨੀਸ਼ਨ ਦੀ ਜਦੋਂ ਤੱਕ ਗੱਲ ਆਉਂਦੀ ਹੈ, ਸਾਰਿਆਂ ਦੀ ਰਿਕੋਗਨੀਸ਼ਨ ਅਸੀਂ ਡੈਫੀਨੇਟਲੀ ਚਾਹਵਾਂਗੇ ਕਿ ਮਿਲਣੀ ਚਾਹੀਦੀ ਹੈ। ਚਲੋ ਫਿਲਹਾਲ ਸਤਿ ਸ਼੍ਰੀ ਅਕਾਲ।